ਹਾਜ਼ਰੀ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਵਾਲੀਆ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ਾ ਟੀਵੀ ਹਰ ਰੋਜ਼ ਦੀ ਤਰ੍ਹਾਂ ਇਸ ਵੇਲੇ ਮੁਤਾਬਕ ਸਮੇਂ ਦੀ ਇਸ ਸਮੇਂ ਮੁਤਾਬਕ ਮੈਂ ਇਸ ਕਰਕੇ ਕਹਿਣਾ ਕਿ ਕਿ ਪਾਰਚ ਤੜਕਾ ਹੁੰਦਾ ਹੈ ਇਧਰ ਕੈਨੇਡਾ ਵਾਲੇ ਪਾਸੇ ਸ਼ਾਮਾਂ ਹੁੰਦੀਆਂ ਕਿਤੇ ਹੋ ਸਕਦਾ ਦੁਪਹਿਰਾ ਹੋਵੇ ਕਿਤੇ ਅੱਧੀ ਰਾਤ ਵੀ ਹੋ ਸਕਦੀ ਸੋ ਇਹ ਵੱਖ-ਵੱਖ ਸਮੇਂ ਤੇ ਜਿਹੜਾ ਗੋਲ ਸੂਰਜ ਹੈ ਤੇ ਗੋਲ ਧਰਤੀ ਹੈ ਉਹਨਾਂ ਦੀ ਪੋਜੀਸ਼ਨਾਂ ਦੇ ਹਿਸਾਬ ਨਾਲ ਹੁੰਦਾ ਰਹਿੰਦਾ ਕੰਮ ਸੋ ਇਹਨਾਂ ਗੱਲਾਂ ਦੇ ਵਿੱਚ ਮਤਲਬ ਗੋਲ-ਗੋਲ ਚੀਜ਼ਾਂ ਦੇ ਵਿੱਚ ਸਿੱਧੀਆਂ ਗੱਲਾਂ ਕਰਨ ਦੇ ਲਈ ਆਪਣੇ ਨਾਲ ਪਰਮੀਰ ਬਾਠੂਰੀ ਨੇ ਵਾਰਤਾ ਬਹੁਤ ਵਧੀਆ ਜੀ ਸਸਰੀ ਕਾਲ ਹੋਰ ਸੁਣਾਓ ਸਸਰੀ ਕਾਲ ਤੇ ਹੈ ਵਾਟਸਾਬ ਤੇ ਗੱਲ ਇਹ ਹੈ ਕਿ ਵੀ ਸਿਟ ਡਾਊਨ ਸਿਟ ਡਾਊਨ ਗਰਮੀ ਵਾਲੀ ਬੜੀ ਕਰਾਈ ਪਈ ਅੱਗਾਂ ਲਾਈ ਜਾਂਦੇ ਹੋ ਕਹਿੰਦੇ ਕਿੱਧਰਲੇ ਪਾਸੇ ਇੱਥੇ ਕਿਤੇ ਲੱਗੀ ਕਹਿੰਦੇ ਬੀਸੀ ਜੀ ਹਾਂ ਨਹੀਂ ਇੱਥੇ ਤਾਂ ਚਲੋ ਲਗ ਹਰ ਗਰਮੀ ਚ ਲੱਗ ਜਾਂਦੀ ਆ ਪਰ ਤੁਸੀਂ ਇਹ ਦੇਖੋ ਕਿ ਦੇਸ਼ ਵੱਡੇ ਨੇ ਪਰ ਪ੍ਰਬੰਧ ਇਸ ਮੁੱਦੇ ਦੇ ਉੱਤੇ ਥੋੜੇ ਨੇ ਆਪਾਂ ਆਸਟ੍ਰੇਲੀਆ ਵਾਲਾ ਜ਼ਿਕਰ ਪਿਛਲੀ ਵਾਰੀ ਕਰਦੇ ਰਹੇ ਹਾਂ ਉੱਥੇ ਅਗ ਲੱਗੀ ਸੀ ਬੋਹੀਦੀ ਨਹੀਂ ਸੀ ਫਿਰ ਬ੍ਰਾਜ਼ੀਲ ਦੇ ਵਿੱਚ ਕਿੰਨੀ ਅਗ ਲੱਗੀ ਹੈਰੀਜ਼ੋਨਾ ਤੇ ਜੰਗਲ ਨੇ ਉਧਰਲੇ ਪਾਸੇ ਹਾਂ ਉਧਰਲੇ ਪਾਸੇ ਹੁਣ ਇੱਥੇ ਐਮਾਜ਼ਨ ਦੇ ਜੰਗਲਾਂ ਦੇ ਨਾਲ ਮੈਂ ਉਹੀ ਗੱਲ ਕਰਨ ਕਹੀ ਮੈਂ ਐਸੀ ਕਰਕੇ ਪੁੱਛਣਾ ਹਰੀਜ਼ੋਨਾਂ ਦੀ ਕਹਿੰਦੇ ਹਾਂ ਨਹੀਂ ਮੈਨੂੰ ਮੈਂ ਵੀ ਉੱਥੇ ਵੀ ਹੋਣਗੇ ਕਦੇ ਐਡੀ ਧਰਤੀ ਪਈ ਹੈ ਕਿਹੜਾ ਵੇਖੀ ਜਾਂਦੀ ਕਿਥੇ ਕੀ ਜੰਗਲਿਆ ਨਾਲੇ ਕਿਹੜਾ ਵਜਾਉਣ ਜਾਣਾ ਗੱਲ ਹੀ ਕਰਨੀ ਆ ਐਮਾਜ਼ਨ ਦੇ ਜੰਗਲ ਨਹੀਂ ਪਰ ਹੁਣ ਵੀ ਜਿਹੜੀ ਇੱਧਰ ਲੱਗੀ ਹੈ ਕਹਿੰਦੇ ਉਹ ਵੈਸੇ ਲੱਗੀ ਵੀ ਉਹ ਸੀਰੀਏ ਜਿੱਥੇ ਕਹਿੰਦੇ ਵੀ ਗਰਮੀ ਦਾ ਇਤਿਹਾਸ ਸਿਰਜਿਆ ਗਿਆ ਸੀ ਕੈਨੇਡਾ ਦਾ ਬਹੁਤ ਗਰਮੀ ਹੋਈ ਹੈ ਨਾ 1935 33 ਤੋਂ ਬਾਅਦ ਇਦਾਂ ਮਤਲਬ ਗਰਮੀ ਕੀ ਤੇ ਲੈ ਕੇ ਬੈ ਗਈ ਜੰਗਲਾਂ ਨੂੰ ਗਰਮੀ ਲੈ ਕੇ ਬੈ ਗਈ ਸੰਧਾਲੀਆ ਸਭ ਸਾਰੇ ਪਾਸੇ ਇਹੀ ਗੱਲ ਕਹੀ ਜਾਂਦੇ ਆ ਕਿ ਭਾਈ ਟੈਂਪਰੇਚਰ ਵਧੀ ਜਾਂਦਾ ਤੇ ਉਹਦੇ ਹੁਣ ਨੁਕਸਾਨ ਤਾਂ ਹੋਣਾ ਹੀ ਆ ਫਿਰ ਜੰਗਲਾਂ ਨੂੰ ਅੱਗ ਲੱਗਦੀ ਆ ਪ੍ਰਦੂਸ਼ਣ ਜੇ ਬੂ ਦਰਖਤ ਵੱਡੇ ਜਾਂਦੇ ਆ ਜੀਵ ਪੰਛੀ ਸਾਰਾ ਕੁਝ ਨੁਕਸਾਨਿਆ ਜਾਂਦਾ ਆਹੋ ਇਹ ਤੇ ਗੱਲ ਹੈ ਜੀ ਚਲੋ ਹੁਣ ਕੀ ਕਰ ਸਕਦੇ ਆ ਭਾਈ ਸਾਹਿਬ ਆਪਣੇ ਕੋਲੋਂ ਆਪ ਨਹੀਂ ਸੰਭੀ ਜਾਂਦੀ ਅੱਗ ਕਿਉਂਕਿ ਉਧਰ ਕੋਈ ਨਾ ਕੋਈ ਲੀਡਰ ਹੋ ਜਾ ਚੰਗਿਆੜੇਦਾਰ ਬਿਆਨ ਦੇ ਦਿੰਦਾ ਨਾਲ ਹੀ ਫਿਰ ਸਿਆਸੀ ਸਫਾਂ ਦੇ ਵਿੱਚ ਮਤਲਬ ਰੋਕ ਘਟਾਣੀਆਂ ਬਣਲੀਆਂ ਸ਼ੁਰੂ ਹੋ ਜਾਂਦੀਆਂ ਫਿਰ ਥੋੜੇ ਦਿਨ ਬਾਅਦ ਕੋਈ ਛਿਟੇ ਜੇ ਮਾਰਨ ਉਹਨੇ ਨੇ ਕੋਈ ਨਹੀਂ ਕੋਈ ਨਹੀਂ ਠੀਕ ਉਹ ਸਭ ਠੀਕ ਹੈ ਠੀਕ ਹੈ ਵਧੀਆ ਵਧੀਆ ਲੋਕ ਬਜ ਨੇ ਧੂਆ ਜੇ ਦੇ ਜਾਏਗਾ ਉਹ ਐਵੇਂ ਹੀ ਆ ਕਿਤੇ ਉਹ ਐਵੇਂ ਕਿਤੇ ਉਹ ਚੁੱਲੇ 'ਚ ਕਾੜ ਨਹੀਂ ਰੱਖੀ ਸੀ ਦੁੱਧ ਕਾੜਨ ਦਾ ਕਰਕੇ ਪਾਥੀਆਂ ਤੁੱਕਦੀਆਂ ਆਗਿਆ ਨਹੀਂ ਕਿਤੇ ਆਗਿਆ ਨਹੀਂ ਸਵੇਰੇ ਉੱਠ ਕੇ ਪੀਏ ਨੂੰ ਪੁੱਛਦੇ ਹੋਣਾ ਪੀਏ ਸਭ ਦੱਸੋ ਫਿਰ ਕਿਹੜੀਆਂ ਚੀਜ਼ਾਂ ਚਾਰ ਪੰਜ ਹੁਣ ਠੰਡੀ ਗੱਲ ਆ ਕਹਿ ਦਿਓ ਹੁਣ ਗੱਲ ਨਹੀਂ ਬਣੀ ਆ ਆ ਲਾਉ ਅੱਗ ਆ ਇਥੇ ਆਓ ਜਰਾ ਫੇ ਉਹਦੀ ਦੋ ਚਾਰ ਰਿਸਲ ਕਰਕੇ ਸੱਦੋ ਜਰਾ ਪ੍ਰੈਸ ਨੂੰ ਫੇ ਕਰੀਏ ਗੱਲ ਹਾਂ ਠੀਕ ਹੈ ਨਾ ਕਾਗਜ਼ ਸਾਰੇ ਦੇਖ ਲਈ ਤੂੰ ਲੈਂਡ ਸਿਰ ਲਾ ਕੇ ਦਿਆ ਕਰ ਪਿਛਲੀ ਵਾਰ ਉਹਨਾ ਕਾਗਜ਼ ਅੱਗੇ ਪਿੱਛੇ ਕਰ ਦਨਾ ਫੇ ਮੈਨੂੰ ਭਲੇਖਾ ਪੈ ਜਾਣਾ ਮੈਨੂੰ ਸਮਝ ਨਹੀਂ ਆਉਂਦੀ ਕਰਾਂ ਕੀ ਹਾਂ ਐਸੀ ਗੱਲ ਹੈ ਹੁਣ ਤੇ ਦਿਵਾਲੇ ਹੋਣ ਲੱਗ ਪਿਆ ਚਲੋ ਜੇ ਇਧਰੋਂ ਵੀ ਕੰਮ ਸ਼ੁਰੂ ਹੋ ਗਿਆ ਉਧਰੋਂ ਦਿੱਲੀ ਵਾਲੇ ਪਾਸੋਂ ਵੀ ਕੰਮ ਸ਼ੁਰੂ ਹੋ ਗਿਆ ਤੇ ਲੱਗ ਤੇ ਰਿਹਾ ਕਿ ਵੀ ਹੋਰ ਕੁਝ ਹੋਵੇ ਨਾ ਹੋਵੇ ਸਰਕਾਰ ਗੁਣੀਆਂ ਚ ਕਰ ਲੈਣਗੇ ਕਾਂਗਰਸ ਵਾਲੇ ਕਿ ਨਹੀਂ ਨਹੀਂ ਲੱਗਦਾ ਹੈ ਕਿ ਦਰੁਸਤ ਕਰ ਲੈਣਾ ਉਹਨਾਂ ਨੇ ਬੀਬੀ ਸੋਨੀਆ ਗਾਂਧੀ ਕੈਪਟਨ ਸਾ ਮੁਲਾਕਾਤ ਹੋਈ 2 ਡੂੜ ਘੰਟਾ ਹੂੰ ਤੇ ਉਹਦੇ ਵਿੱਚ ਇੱਕ ਤਾਂ ਦੇਖੋ ਇਹ ਮੁਲਾਕਾਤ ਹੁੰਦੀ ਹੈ ਤੇ ਉਸ ਮੁਲਾਕਾਤ ਤੋਂ ਇੱਕ ਪਹਿਲੀ ਮੁਲਾਕਾਤ ਬਹੁਤ ਚਰਚਾ ਚਾਈ ਹੂੰ ਕਿ ਬੀਬੀ ਸੋਨੀਆ ਗਾਂਧੀ ਹੋਰੀ ਤਿਆਰ ਬੈਠਿਆ ਕਿ ਕੈਪਟਨ ਅਮਰਿੰਦਰ ਸਿੰਘ ਹੋਰ ਆਨੇ ਆਉਣਾ ਫਿਰ ਕਾਂਗਰਸ ਪਾਰਟੀ ਚ ਰੌਲਾ ਪਈ ਜਾਂਦਾ ਸਿੱਧੂ ਸਾਹਿਬ ਦੇ ਆਪਣੇ ਰਾਹ ਕੈਪਟਨ ਸਾਹਿਬ ਦੇ ਆਪਣੇ ਰਾਹ ਬਾਜਵਾ ਸਾਹਿਬ ਅੱਗ ਜਿਹੜਾ ਉਹ ਸੋਚਦੇ ਸੀ ਠੰਡੀ ਪਾਊਗੀ ਤਾਂ ਸ਼ਾਇਦ ਮੈਨੂੰ ਕੋਈ ਅਹੁਦਾ ਮਿਲੂਗਾ ਪਰ ਇਦਾਂ ਗੱਲ ਨਹੀਂ ਹੋਈ ਹੁਣ ਤਿੰਨੋਂ ਬੰਦੇ ਜਦੋਂ ਅੱਡੋ ਆੱਡਾ ਤੇ ਦੂਲੋ ਸਾਹਿਬ ਕਹਿੰਦੇ ਕੁਝ ਮੇਰਾ ਵੀ ਸੋਚੋ ਹੂੰ ਤੇ ਕੈਪਟਨ ਸਾਹਿਬ ਨੂੰ ਮਿਲਣ ਤੋਂ ਠੀਕ ਪਹਿਲਾਂ ਇੱਕ ਗੱਡੀ ਬੀਬੀ ਸੋਨੀਆ ਗਾਂਧੀ ਦੇ ਘਰ ਦੇ ਅੰਦਰ ਦਾਖਲ ਹੁੰਦੀ ਹੈ ਤੇ ਉਹਦੇ ਵਿੱਚੋਂ ਨਿਕਲਦੀ ਹੈ ਬੀਬੀ ਪ੍ਰਿਯੰਕਾ ਗਾਂਧੀ ਹੁਣ ਤੁਸੀਂ ਦੇਖੋ ਕਿ ਕੈਪਟਨ ਸਾਹਿਬ ਨੂੰ ਸੋਨੀਆ ਗਾਂਧੀ ਮਿਲਦੇ ਆ ਤੇ ਉਹਨਾਂ ਦੀ ਮੁਲਾਕਾਤ ਤੋਂ ਪਹਿਲਾਂ ਉਹਨਾਂ ਦੀ ਧੀ ਮਿਲਣ ਆਉਂਦੀ ਹੈ ਤੇ ਉਹਨਾਂ ਦੀ ਧੀ ਦੇ ਬਾਬਤ ਕਿਹਾ ਜਾਂਦਾ ਹੈ ਕਿ ਉਹ ਸਿੱਧੂ ਸਾਹਿਬ ਨੂੰ ਪੰਜਾਬ ਕਾਂਗਰਸ ਦੇ ਵਿੱਚ ਵੱਡੀ ਜ਼ਿੰਮੇਵਾਰੀ ਦੇਣਾ ਚਾਹੁੰਦੀ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਸਿੱਧੂ ਸਾਹਿਬ ਦਾ ਬਹੁਤ 헤ਜ ਕਰਦੇ ਆ ਕਿਉਂਕਿ ਬੀਬੀ ਪ੍ਰਿਯੰਕਾ ਗਾਂਧੀ ਨੂੰ ਇੱਕ ਗੱਲ ਪਤਾ ਕਿ ਮੰਮੀ ਠੀਕ ਨਹੀਂ ਰਹਿੰਦੇ ਭਾਜੀ ਨੂੰ 18-20 ਸਾਲ ਹੋ ਗਿਆ ਲੱਗੇ ਨੂੰ ਸਿਆਸਤ ਵਿੱਚ ਫੇਲ ਹੋ ਗਏ ਹੁਣ ਗਾਂਧੀ ਪਰਿਵਾਰ ਚੋਂ ਮੈਂ ਹੀ ਆ ਤੇ ਮੈਂ ਇੱਕ ਵਾਰੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅੱਧਾ ਯੂਪੀ ਸਾਹਮਣੇ ਦੇਖ ਲਿਆ ਪੱਲੇ ਕੱਖ ਬਿਨਾ ਪਿਆ ਹੁਣ ਵਿਧਾਨ ਸਭਾ ਦੀਆਂ ਚੋਣਾਂ 'ਚ ਮਹੀਨੇ 7 ਰਹਿੰਦੇ ਆ ਇਨਚਾਰਜ ਫਿਰ ਮੈਂ ਆ ਹਮ ਪ੍ਰਚਾਰ ਉੱਥੇ ਫਿਰ ਮੈਂ ਕਰਨਾ ਕੱਲੀ ਤੋ ਤਾਂ ਗੱਲ ਬਣਨੀ ਨਹੀਂ ਜਿਹੜਾ ਇੱਕ ਨੌਜਵਾਨ ਪਹਿਲਾਂ ਨਾਲ ਤੁਰਦਾ ਹੁੰਦਾ ਸੀ ਉਹ ਵੀ ਹੁਣ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਚਲੇ ਗਿਆ ਚੰਗਾ ਹੋਵੇ ਜੇ ਸਿੱਧੂ ਸਾਹਿਬ ਨੂੰ ਪੰਜਾਬ 'ਚ ਜ਼ਿੰਮੇਵਾਰੀ ਦੇ ਕੇ ਹਫ਼ਤੇ 'ਚ ਦੋ ਗੜੇ ਯੂਪੀ ਦੇ ਬਿਲਵਾ ਲਿਆ ਕਰਾਂ ਨਹੀਂ ਹੋ ਸਕਦਾ ਇਦਾਂ ਸੋਚਿਆ ਪਰ ਇਹ ਅੰਦਾਜ਼ੇ ਨੇ ਦੇਖੋ ਇਹ ਇਹ ਤੇ ਗੱਲ ਹੋ ਗਈ ਕਿ ਕਿਉਂਕਿ ਇਹ ਕੰਮ ਸਿਆਸੀ ਆ ਆਪਣਾ ਕੰਮ ਮਤਲਬ ਮੀਡੀਆ ਦਾ ਇਹ ਹੁੰਦਾ ਵੀ ਪਰਚੋਲ ਕਰਨੇ ਆਪਾਂ ਫਿਰ ਸਿਆਸੀ ਹਿਸਾਬ ਨਾਲ ਕਰਦੇ ਆ ਪਰ ਮੈਂ ਨਾ ਵੀ ਆਮ ਘਰ ਪਰਿਵਾਰ ਦੇ ਹਿਸਾਬ ਨਾਲ ਵੀ ਤੇ ਗੱਲ ਹੋਈ ਸਕਦੀ ਆ ਵੀ ਮਤਲਬ ਸੋਨੀਆ ਗਾਂਧੀ ਹਰਾਂ ਵੈਸੇ ਹੀ ਕਿਤੇ ਫੋਨ ਕੀਤਾ ਹੋਵੇ ਜਾਂ ਉਧਰੋਂ ਫੋਨ ਆ ਗਏ ਮੰਮੀ ਠੀਕ ਹੋ ਅੱਜ ਕਿਦਾਂ ਬੀਪੀ ਜਾ ਘਟਦਾ ਆ ਉਹ ਸੱਦੇ ਤੇ ਹੈਗੇ ਬੰਦੇ ਪੰਜਾਬ ਵਾਲੇ ਪਤਾ ਨਹੀਂ ਕਿ ਕਿਸੇ ਪਾਸੇ ਗੱਲ ਲੱਗੇ ਨਾ ਲੱਗੇ ਉਹ ਗੋਲੀ ਖਾਦੀ ਸੀ ਕਿੱਥੇ ਉੰਤਰੀਆਂ ਗੋਲੀਆਂ ਵਿੱਚ ਮੁੱਕ ਗਈਆਂ ਮੇਰੀਆਂ ਨੇ ਕੋਈ ਨਹੀਂ ਫਿਰ ਮੰਮੀ ਮੈਂ ਆਉਣੀ ਹੁਣੇ ਫੜਾ ਕੇ ਜਾਣੀ ਹੁਣੇ ਕੀ ਪਤਾ ਉਹ ਬੀਪੀ ਦੀਆਂ ਗੋਲੀਆਂ ਫੜਾਉਣੀ ਆਈ ਹੋਵੇ ਮਾਤਾ ਨਾ ਆਪਾਂ ਹੋਰ ਗੱਲ ਬਣਾ ਕੇ ਲੈ ਮੇਰੀ ਗੱਲ ਸੁਣ ਤੂੰ ਹੀ ਤਾਂ ਐ ਕਰਦੇ ਹੋ ਵੱਡਾ ਪਰਿਵਾਰ ਹੈ ਤੁਸੀਂ ਤਾਂ ਐ ਕਰਦੇ ਕਿ ਪ੍ਰਿਆੰਕਾ ਗਾਂਧੀ ਹੋਰੀ ਕਿਤੇ ਉਥੋਂ ਦੁੱਧ ਦੇ ਪੈਕੇਟ ਚਾਰ ਲੈਣ ਗਿਆ ਕਹਿੰਦੇ ਮੈਂ ਆਉਂਦੇ ਮੈਡੀਕਲ ਸਟੋਰ ਤੋਂ ਲੈ ਆਉਣੀ ਆ ਬੰਦੇ ਨੌਕਰ ਚੱਕ ਰੋ ਉਹਨਾਂ ਦੇ ਕੋਲੇ ਥੋੜੇ ਯਾਰ ਯਾਰ ਮਾਂ ਤੇ ਮਾਂ ਹੀ ਦਿਨਾਂ ਵਾਸਤੇ ਨਹੀਂ ਦਿੰਦਾ ਹੈਗੀ ਆ ਇਹਨਾਂ ਨੂੰ ਪਿਆਰ ਹੁੰਦਾ ਹੈ ਹੈਨਾ ਇਸ ਕਰਕੇ ਹੋ ਸਕਦਾ ਨਾ ਕੋਈ ਨਹੀਂ ਮੰਮੀ ਮੈਂ ਵੀ ਨਹੀਂ ਤੁਹਾਡੇ ਹਿਸਾਬ ਨਾਲ ਰਾਹੁਲ ਗਾਂ ਇਹਨੂੰ ਰਾਹੁਲ ਗਾਂਧੀ ਸਾਹਿਬ ਕਹਿੰਦੇ ਉਹ ਆਂਦੇ ਨੇ ਵੀ ਮੈਂ ਤੇ ਹੌਲੀਡੇ ਤੇ ਵੀ ਜਾਣਾ ਹੁੰਦਾ। ਅੱਛਾ ਚਲੋ ਨਾਲੇ ਗੱਲ ਤੇ ਫੋਨ ਕੀਤੇ ਦੀ ਹੈ ਨਾ ਉਹਨਾਂ ਨੇ ਨਾ ਕੀਤਾ ਉਹ ਇਧਰ ਧਿਆਨੇ ਕਿਤੇ ਕਰ ਲਿਆ 200 ਰੁਪਏ ਹੈ ਨਾ ਵੀ ਮਾਂ ਦਾ ਹੁੰਦਾ ਹੀ ਆ ਥੋੜਾ ਜਿਹਾ ਵੀ ਤੁਸੀਂ ਮੰਮੀ ਬਹੁਤੀ ਟੈਨਸ਼ਨ ਨਾ ਲਿਓ ਐਵੇਂ ਕੋਈ ਗੱਲ ਨਹੀਂ ਨਾਂ ਨਿਬੜੀ ਤੇ ਅਗਲੇ ਹਫਤੇ ਫੇਰ ਸਾਧ ਲਾਂਗੇ ਕਿਹੜਾ ਪੰਜਾਬ ਦੂਰ ਆ। ਹਾਂ ਨਹੀਂ ਇਹ ਵੀ ਗੱਲ ਹੋ ਸਕਦੀ ਆ ਕਿ ਉਹਦੇ ਨੂੰ ਦੱਸਣਾ ਹੋਵੇ ਕੀ ਕਰੀਏ ਉਹ ਕਿ ਪਛਤੇਣ ਕਿ ਪੁਰਾਣਾ ਸਭ ਕਿੱਥੇ ਗਿਆ ਤਰੀਖ ਸੀ। ਉਹ ਤਾਂ ਤਰੀਕੇ ਗਿਆ ਸੀ ਮੈਂ ਕਿਾ ਚਲ ਮੰਮੀ ਹਲ ਹੋ ਆਉਣੀ ਆ ਚਲੋ ਇਹ ਵੀ ਹੋ ਜਾਦਾ ਉਹਨਾਂ ਨੇ ਕਿਹਾ ਵੀ ਇਹ ਨਿਕਲੇ ਨੇ ਗੱਡੀ ਲੈ ਕੇ ਇਹਨਾਂ ਦੇ ਹੱਥ ਦਵਾਈ ਭੇਜਦਾ ਦਵਾਈ ਭੇਜਾ ਉਹ ਕਾ ਨਾ ਭੇਜੀ ਫਿਰ ਮੇਰਾ ਜਮਾ ਹੀ ਕੱਟ ਜਾਣਾ ਆਪ ਦੇ ਜਾ ਤੂੰ ਗੋਲੀਆਂ ਸੰਧਾਲੀਆ ਸਾਹਿਬ ਕੈਪਟਨ ਸਾਹਿਬ ਫਿਰ ਗਏ ਫਿਰ ਮੁਲਾਕਾਤ ਹੋਈ ਪਹਿਲਾਂ ਕੁਝ ਚਿਰ ਬੀਬੀ ਸੋਨੀਆ ਗਾਂਧੀ ਤੇ ਕੈਪਟਨ ਸਾਹਿਬ ਜਿਹੜੇ ਆ ਉਹ ਬਿਨਾਂ ਕਿਸੇ ਹੋਰ ਦੀ ਹਾਜ਼ਰੀ ਚ ਮਲੇ ਫਿਰ ਮਲਕ ਅਰਜੁਨ ਖੜਗੇ ਹੁਰੀ ਆਏ ਉਸੇ ਤਿੰਨ ਮੈਂਬਰੀ ਕਮੇਟੀ ਦੇ ਮੁਖੀ ਨੇ ਜਿਸ ਤਿੰਨ ਮੈਂਬਰੀ ਕਮੇਟੀ ਨੇ ਸਾਰੀ ਦੀ ਸਾਰੀ ਪੰਜਾਬ ਕਾਂਗਰਸ ਨੂੰ ਕੱਲੇ ਕੱਲੇ ਸੁਣਿਆ ਸਿੱਧੂ ਸਾਹਿਬ ਦੀ ਸਭ ਤੋਂ ਲੰਬਾ ਸਮਾਂ ਗੱਲ ਸੁਣੀ ਤੇ ਦੋ ਵਾਰੀ ਸੁਣੀ ਜੋ ਬਾਜਵਾ ਸਾਹਿਬ ਸ਼ਮਸ਼ੇਰ ਸਿੰਘ ਦੂਲੋ ਲਾਲ ਸਿੰਘ ਹੋਰੀ ਸਾਰਿਆਂ ਨੂੰ ਤੇ ਨਾਲ ਦੀ ਨਾਲ ਚਾਖੜ ਸਾਹਿਬ ਦੀ ਗੱਲ ਵੀ ਸੁਣੀ ਸੀ ਹੁਣ ਤੁਸੀਂ ਦੇਖੋ ਕਿ ਮੀਟਿੰਗ ਦੇ ਵਿੱਚੋਂ ਨਿਕਲਦਾ ਕੀ ਹੈ ਲੋਕ ਉਡੀਕ ਰਹੇ ਨੇ ਫੈਸਲਾ ਜਿਹਦੇ ਲਈ ਬੱਦਤਵਾ ਦਾ 8 ਤਰੀਕ ਕਾਂਗਰਸ ਨੇ ਆਪੇ ਹੀ ਨਿਰਧਾਰਤ ਕੀਤੀ ਹੈ ਅੱਜ 10 ਵੀ ਕਰ ਦੇਣਗੇ ਕਿਸੇ ਨੇ ਲਾਤ ਨਹੀਂ ਪਨ ਲੈਣੀ ਹੁਣ ਕੈਪਟਨ ਸਾਹਿਬ ਮੁਲਾਕਾਤ ਕਰਕੇ ਬਾਹਰ ਨਿਕਲੇ ਤੇ ਗੱਲਾਂ ਤੇ ਇੰਨੀ ਆਖੀਆਂ ਪੱਤਰਕਾਰ ਮਾੜੀ ਮੋਟੀ ਗੱਲ ਪੁੱਛਦੇ ਹੁੰਦੇ ਆ ਕੈਪਟਨ ਸਾਹਿਬ ਨੂੰ ਕਹਿੰਦੇ ਜੀ ਕਿੱਦਾਂ ਕੀ ਹੋਇਆ ਜੀ ਉਹ ਕਹਿੰਦੇ ਸਾਡੀ ਪਾਰਟੀ ਦਾ ਅੰਦਰੂਨੀ ਮਾਮਲਾ ਸੀ ਉਹਦੇ ਬਾਰੇ ਬੜੀ ਵਧੀਆ ਨਿਠ ਕੇ ਵਿਚਾਰ ਹੋਈ ਹੈ ਨਹੀਂ ਜੀ ਤੁਹਾਡੀ ਕਾਂਗਰਸ ਪਾਰਟੀ ਦੀ ਧੜੇਬੰਦੀ ਦਾ ਮਸਲਾ ਉਹ ਕਹਿੰਦੇ ਜੋ ਬੀਬੀ ਸੋਨੀਆ ਗਾਂਧੀ ਫੈਸਲਾ ਕਰਨਗੇ ਮਨਜ਼ੂਰ ਹੈ ਜੋ ਮਰਜ਼ੀ ਕਰ ਦੇਣ ਗੱਲ ਹੀ ਕੋਈ ਨਹੀਂ ਸਿੱਧੂ ਸਾਹਿਬ ਬਾਰੇ ਕਹਿੰਦੇ ਉਹਨਾਂ ਬਾਰੇ ਮੈਨੂੰ ਨਹੀਂ ਪਤਾ ਤੇ ਨਾਲ ਜਦੋਂ ਪੁੱਛਿਆ ਕਿ ਇਲੈਕਸ਼ਨ ਹੈ ਜੀ ਇਹ ਕੋ ਕਹਿੰਦੇ ਤਿਆਰ ਇਲੈਕਸ਼ਨ ਦੀ ਪੂਰੀ ਤਿਆਰੀ ਹੈ ਅਸੀਂ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਲੜਾਂਗੇ ਵੀ ਤੇ ਜਿੱਤਾਂਗੇ ਵੀ ਹੁਣ ਸੰਧਾਲੀਆ ਸਭ ਜੋ ਹਾਲਾਤ ਨਜ਼ਰ ਆਉਂਦੇ ਆ ਉਹਦੇ ਵਿੱਚ ਇਹ ਨਜ਼ਰ ਆਉਂਦਾ ਹੈ ਕਿ ਹਾਈ ਕਮਾਂਡ ਕਿਸੇ ਵੀ ਹੀਲੇ ਉਹਨਾਂ ਨੂੰ ਇਕੱਠੇ ਰੱਖਣਾ ਚਾਹੁੰਦੇ ਆ ਇਹ ਵੀ ਗੱਲ ਤਕਰੀਬਨ ਤੈ ਹੈਗੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਕਾਇਮ ਰਹੂ ਇਹ ਵੀ ਤਕਰੀਬਨ ਤੈ ਜਾਪਦੀ ਹੈ ਕਿ ਜਾਖੜ ਸਾਹਿਬ ਦੀ ਕੁਰਸੀ ਜਾਊ ਉਹ ਆਪ ਵੀ ਕਹਿੰਦੇ ਮੈਂ ਛੱਡ ਦਵਾਂ ਇਹ ਵੀ ਗੱਲ ਤਕਰੀਬਨ ਤੈ ਜਾਪਦੀ ਹੈ ਕਿ ਕਿਤੇ ਨਾ ਕਿਤੇ ਕੈਪਟਨ ਸਾਹਿਬ ਨੂੰ ਬਹੁਤ ਸਾਰੀਆਂ ਗੱਲਾਂ ਦਰਸਾ ਕੇ ਇਸ ਗੱਲ ਤੇ ਵੀ ਰਾਜ਼ੀ ਵੀ ਕਰ ਲਿਆ ਹੋਵੇ ਚਲੋ ਕੋਈ ਗੱਲ ਨਹੀਂ ਹੋਊ 5 7 8 ਮਹੀਨੇ ਆ ਇਲੈਕਸ਼ਨਾਂ ਤੁਹਾਨੂੰ ਹੀ ਫਾਇਦਾ ਹੋਣਾ ਨਵਜੋਤ ਸਿੰਘ ਸਿੱਧੂ ਨੇ ਇਹ ਪ੍ਰਧਾਨ ਬਣਾ دیے ਪ੍ਰਚਾਰ ਕਰੂਗਾ ਚਾਰ ਬੰਦੇ ਉਹਨਾਂ ਨਾਲ ਚਾਰ ਤੁਹਾਡੇ ਨਾਲ ਆ ਅੱਠ ਹੋ ਜਾਣਗੇ ਅਸੀਂ ਇੱਕ ਗੱਲ ਦਾ ਵਾਅਦਾ ਕਰਦੇ ਹਾਂ ਪ੍ਰਧਾਨਗੀ ਲੈ ਲੈਣ ਦਿਓ ਆ 18 ਕੰਮ ਦੱਸੇ ਸੀ ਵਿੱਚੋਂ 9 ਕਰਦੇ ਹੋ ਉਹਦੇ ਤੋਂ ਵਾਅਦਾ ਆਪਾਂ ਇਲੈਕਸ਼ਨ ਜਿੱਤ ਜਾਣੀਆਂ ਮੁੱਖ ਮੰਤਰੀ ਕੈਪਟਨ ਸਾਹਿਬ ਤੁਸੀਂ ਆਓਗੇ ਨਹੀਂ ਨਹੀਂ ਠੀਕ ਹੈ ਗੱਲ ਤੁਹਾਡੀ ਮੰਨ ਲਈ ਪਰ ਕੈਪਟਨ ਸਾਹਿਬ ਨੇ ਇਹ ਵੀ ਤੇ ਕਿਹਾ ਨਾ ਆਗੇ ਵੀ ਕਹਿੰਦੇ ਨਹੀਂ ਨਹੀਂ ਸਾਰੀਆਂ ਗੱਲਾਂ ਥੋੜਾ ਬਾਹਰ ਮੀਡੀਆ ਨੂੰ ਦੱਸ ਦੇਈਆਂ ਹੁੰਦੀਆਂ ਨੇ ਕੋਈ ਆਪਣੀਆਂ ਵੀ ਅੰਦਰ ਕੋਈ ਸੌਸ ਸੀ ਪਲੈਨਿੰਗਾਂ ਕਰਨੀਆਂ ਹੁੰਦੀਆਂ ਨੇ ਉਹ ਅੰਦਰ ਸਾਰੀ ਗੱਲਬਾਤ ਹੁੰਦੀ ਹੈ ਤੁਹਾਡੇ ਲਈ ਬਸ ਇੰਨੀ ਕਨਫਰਮੇਸ਼ਨ ਹੈ ਵੀ ਜਉਧਰੋਂ ਗੱਲ ਹੋ ਗਈ ਆਪਾਂ ਕਰ ਦੇਣੀ ਕੋਈ ਗੱਲ ਨਹੀਂ ਟੈਨਸ਼ਨ ਵਾਲੀ ਪਰ ਇੱਕ ਗੱਲ ਹੈ ਨਾ ਹੁਣ ਇਧਰ ਮੀਟਿੰਗ ਹੋਈ ਹੋਵੇ ਕੈਪਟਨ ਸਾਹਿਬ ਕਹਿੰਨ ਵੀ ਠੀਕ ਹੈ ਜੀ ਜਿੱਦਾਂ ਫੈਸਲਾ ਹੋ ਗਿਆ ਆਪਾਂ ਕਰ ਲਾਂਗੇ ਨਹੀਂ ਜੇਟ ਲਾਂਗੇ ਪਰ ਸਿੱਧੂ ਸਾਹਿਬ ਜੇ ਹਿਸਾਬ ਨਾਲ ਉਧਰ ਟਵੀਟ ਵਾਲਾ ਘਵਾੜਾ ਚੁੱਕੀ ਫਿਰਦੇ ਨੇ ਆ ਉਹ ਗਿੱਟਿਆਂ ਚ ਮਾਰਉਣੀ ਨਾੜ ਦੇ ਗੱਲ ਤੇ ਆ। ਇਹ ਉਹ ਚੁੱਕੀ ਨਹੀਂ ਫਿਰਦੇ ਰਹਿੰਦੇ। ਉਹ ਹੁਣ ਮੋਢੇ ਤੋਂ ਥੱਲੇ ਨਹੀਂ ਰੱਖਦੇ। ਉਹਦੋਂ ਸੌਣ ਲੱਗੇ ਵੀ ਘਵਾੜਾ ਮੋਢੇ ਤੇ ਹੁੰਦਾ ਕਹਿੰਦੇ ਜਾ ਕੇ ਅੱਖ ਬਾਲ ਚ ਖਣੀ ਇੱਕ ਵਾਰੀ ਘਵਾੜਾ ਮਾਰਨੇ ਪਹਿਲਾਂ ਟਵੀਟ ਟਵੀਟ ਵਾਲਾ। ਅੱਛਾ ਇਹ ਵੀ ਕੰਮ ਹੋ ਗਿਆ ਪਹਿਲਾਂ ਮਾਰਦੇ ਸੀ ਇੱਕ ਕਰਾਂ। ਹੁਣ ਪੂਰਾ ਅਜਿਦਾਂ ਨੇ ਵੇ ਕੜ ਕੇ ਇੱਕ ਇਧਰੋਂ ਇੱਕ ਇਧਰੋਂ ਇੱਕ ਇਧਰੋਂ ਇੱਕ ਇਧਰੋਂ ਬਕਾਇਦਾ ਮਤਲਬ ਬਾਹਰ ਵਿੱਚ ਠਾ। ਆ ਬਜੀਰਾ ਮਤਲਬ ਬੰਦਾ। ਤੁਸੀਂ ਇਹ ਦੇਖੋ ਕਿ ਕਿਉਂਕਿ ਟਵੀਟ ਜਦੋਂ ਬੰਦਾ ਕਰਦਾ ਉਹਦੇ ਵਿੱਚ ਅੱਖਰ ਸ਼ਬਦ ਸੀਮਤ ਹੁੰਦੇ ਆ। ਉਹ ਫਿਰ ਕਹਿੰਦੇ ਕੋਈ ਗੱਲ ਨਹੀਂ ਆਪਾਂ ਕੁਝ ਹੋ ਟਵੀਟ ਹੀ ਸ਼ੇਅਰ ਕਰਨੇ ਆ ਤੇ ਲੋਕਾਂ ਦੇ ਲਈ ਸਮਝਣ ਦੇ ਵਿੱਚ ਵੀ ਆਸਾਨੀ ਇਹਦੇ ਤੋਂ ਪਹਿਲਾਂ ਕਿ ਆਪਾਂ ਨਵਜੋਤ ਸਿੰਘ ਸਿੱਧੂ ਦੇ ਨਵੇਂ ਟਵੀਟ ਤੇ ਚਲੀਏ ਹੂੰ ਸੰਧਾ ਵਾਲੀਆ ਸਭ ਜਿਹੜੀ ਅਸਲੇ ਇੱਕ ਸੰਭਾਵਨਾ ਹੋਰ ਜਾਪਦੀ ਹੈ ਕਾਂਗਰਸ ਪਾਰਟੀ ਹੋਰ ਕਿਸੇ ਤੋਂ ਚਿੰਤਤ ਹੋਵੇ ਨਾ ਹੋਵੇ ਉਹਨਾਂ ਦੀ ਇੱਕ ਚਿੰਤਾ ਹੋਰਾ ਅਕਾਲੀ ਦਲ ਤੇ ਬਸਪਾ ਦਾ ਗੱਠ ਜੁੜਾ ਉਹਦੇ ਨਾਲ ਦੁਆਬੇ ਦੇ ਵਿੱਚ ਪੈਣ ਵਾਲਾ ਪ੍ਰਭਾਵ ਹੁਣ ਇਹ ਅਸਾਰ ਪਹਿਲਾਂ ਨਜ਼ਰ ਆਉਂਦੇ ਸੀ ਕਿ ਜੇ ਕਾਂਗਰਸ ਪਾਰਟੀ ਦਾ ਪੰਜਾਬ ਦਾ ਜਥੇਬੰਦਕ ਢਾਂਚਾ ਹਲਾਇਆ ਜਾਊਗਾ ਤੇ ਉਹਦੇ ਵਿੱਚ ਹੋ ਸਕਦਾ ਕਿ ਦੋ ਉਮੀਦ ਪ੍ਰਧਾਨ ਲਾਤੇ ਜਾਣ ਕਿ ਤੁਸੀਂ ਦੋ ਪ੍ਰਧਾਨ ਵੀ ਜਾਂ ਕਾਰਜਕਾਰੀ ਪ੍ਰਧਾਨ ਪਰ ਹੁਣੇ ਲੱਗਦਾ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਦਿੱਤੀ ਗਈ ਤਾਂ ਉਹਨੂੰ ਇਕੱਲੇ ਨਹੀਂ ਦਿੱਤੀ ਜਾਊ ਇਹ ਵੀ ਲੱਗਦਾ ਹੈ ਕਿ ਕੈਪਟਨ ਸਾਹਿਬ ਦੇ ਨਾਲ ਦੋ ਉਪ ਮੁੱਖ ਮੰਤਰੀ ਲਾ ਦਿੱਤੇ ਜਾਣਗੇ ਪਰ ਉਹ ਹੁੰਦੇ ਹੋਣਗੇ ਕੈਪਟਨ ਸਾਹਿਬ ਦੇ ਆਪਣੇ ਬੰਦੇ ਪਰ ਉਹ ਦੋਨੋਂ ਕੌਣ ਹੋਣਗੇ ਇੱਕ ਚਰਚਾ ਇਹ ਚੱਲਦੀ ਸੀ ਕਿ ਦੁਆਬੇ ਨੂੰ ਜੇ ਥਾਂ ਸਿਰ ਕਰਨਾ ਹੈ ਕਿਉਂਕਿ ਦੁਆਬੇ ਦੇ ਵਿੱਚ ਐਸਸੀ ਭਾਈਚਾਰਾ ਤੇ ਬਸਪਾ ਦਾ ਵੋਟ ਬੈਂਕ ਬਹੁਤ ਹੈ ਇਹਦੇ ਵਿੱਚ ਕੋਈ ਦੋਰ ਆਈ ਨਹੀਂ ਕਿ ਅਕਾਲੀ ਦਲ ਦਾ ਵਸਪਾ ਦੇ ਨਾਲ ਗੱਠਜੋੜ ਹੋਣਾ ਕਾਂਗਰਸ ਨੂੰ ਦੁਆਬੇ 'ਚ ਨੁਕਸਾਨ ਕਰੂਗਾ ਆਮ ਆਦਮੀ ਪਾਰਟੀ ਕਿੱਥੇ ਕ ਜਾਂਦੀ ਹੈ ਉਹ ਬਾਤ ਹੀ ਗੱਲ ਹੈ ਉਹਦੇ ਲਈ ਦੁਆਬੇ ਦੇ ਵਿੱਚੋਂ ਇੱਕ ਵਿਧਾਇਕ ਦੀ ਭਾਲ ਕੀਤੀ ਜਾ ਰਹੀ ਹੈ ਜਿਹਨੂੰ ਉਪ ਮੁੱਖ ਮੰਤਰੀ ਦੀ ਕੁਰਸੀ ਜਿਹੜੀ ਉਹ ਦਿੱਤੀ ਜਾਵੇ ਹੁਣ ਉਪ ਮੁੱਖ ਮੰਤਰੀ ਦੀ ਕੁਰਸੀ ਦੇਣ ਦੇ ਲਈ ਫਿਰ ਬਹੁਤ ਕੁਝ ਕਰਨਾ ਪਊਗਾ ਕਦੇ ਇਦਾਂ ਦੀ ਚਰਚਾ ਚੱਲਦੀ ਸੀ ਕਿ ਚੌਧਰੀ ਸੰਤੋਖ ਸਿੰਘ ਤਾਂ ਮੈਂਬਰ ਪਾਰਲੀਮੈਂਟ ਨੇ ਪਰ ਉਹ ਸੀਨੀਅਰ ਨੇ ਕਈ ਵਾਰ ਦੇ ਐਮ ਐਲ ਏ ਵੀ ਨੇ ਉਹਦੇ ਤੋਂ ਬਾਅਦ ਐਮ ਪੀ ਵੀ ਨੇ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਗਾੜ ਕਰਕੇ ਫਿੱਟ ਕਰੀਏ ਕਿਉਂਕਿ ਸਮਾਂ ਤਾਂ ਥੋੜਾ ਹੀ ਰਹਿ ਗਿਆ ਇਲੈਕਸ਼ਨ ਹੋ ਜਾਣੀਆਂ 6 ਮਹੀਨਿਆਂ ਦੇ ਵਿੱਚ ਵਿੱਚ ਚੋਣ ਲੜਨ ਦੀ ਤਾਂ ਲੋੜ ਸ਼ਾਇਦ ਰਹਿ ਨਾ ਜਾਵੇ ਉਧਰਲੇ ਪਾਸੇ ਦੂਸਰਾ ਸੀਕ ਡਾਕਟਰ ਰਾਜਕੁਮਾਰ ਵੇਰਕਾ ਦੀ ਕੁਰਸੀ ਪੱਕੀ ਕਰਦੇਓ ਪਰ ਡਾਕਟਰ ਰਾਜਕੁਮਾਰ ਵੇਰਕਾ ਕਿਉਂਕਿ ਮਾਝੇ 'ਚ ਨੇ ਹੈਗੇ ਉਹ ਕੈਪਟਨ ਸਾਹਿਬ ਦੇ ਬਹੁਤ ਨੇੜੇ ਨੇ ਕੋਈ ਦਿੱਕਤ ਨਹੀਂ ਪੈਦਾ ਹੋਣੀ ਪਰ ਦੁਆਬਾ ਦਿਸਦਾ ਦੁਆਬੇ ਦੀਆਂ 23 ਵਿਧਾਨ ਸਭਾ ਸੀਟਾਂ ਦਿਸਦੀਆਂ ਕਿ ਕਿਤੇ ਕਲੀਨ ਸਵੀਪ ਨਾ ਹੋ ਜਵੇ ਕਿਤੇ ਨੁਕਸਾਨ ਨਾ ਹੋ ਜਵੇ ਉਧਰਲੇ ਪਾਸੇ ਨੂੰ ਵੀ ਧਿਆਨ ਜਾਂਦਾ ਦੂਸਰਾ ਦੋ ਬੰ ਇੱਕ ਜਿਹੜੇ ਇਸ ਵੇਲੇ ਦੇ ਸਿੱਖਿਆ ਮੰਤਰੀ ਨੇ ਵਿਜੇਂਦਰ ਸਿੰਘਲਾ ਤੇ ਦੂਸਰੇ ਜਿਹੜੇ ਉਹਨਾਂ ਦੇ ਨਾਲ ਬ੍ਰਹਮਹਿੰਦਰਾ ਸਾਹਿਬ ਕਿ ਇਹਨਾਂ ਦੇ ਵਿੱਚੋਂ ਵੀ ਕਿਸੇ ਇੱਕ ਨੂੰ ਉਸ ਅਹੁਦੇ ਤੇ ਲੈ ਲਿਆ ਜਾਂਦਾ ਜਾਵੇ ਤਾਂ ਜੋ ਕੈਪਟਨ ਸਾਹਿਬ ਜਿਹੜਾ ਪਿਛਲੇ ਦਿਨੀ ਕਹਿੰਦੇ ਸੀ ਕਿ ਸਾਰੇ ਸ਼ਹਿਰੀ ਵਰਗ ਦੇ ਜਿਹੜੇ ਵੋਟਰ ਨੇ ਉਹ ਲੀਡਰਾਂ ਜਿਨ੍ਹਾਂ ਨੂੰ ਮੰਨਦੇ ਆ ਉਹ ਸਾਰੇ ਲੀਡਰ ਮੇਰੇ ਕੋਲੇ ਆਏ ਸੀ ਤੇ ਉਹਨਾਂ ਨੇ ਫਿਰ ਕਈ ਕੁਸ਼ ਆਖਿਆ ਉਹ ਅਸਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਰੋਕਣ ਦਾ ਇੱਕ ਚੱਕਰ ਲੱਗਦਾ ਸੀ ਪਰ ਉਹ ਕਹਿੰਦੇ ਕੋਈ ਗੱਲ ਨਹੀਂ ਪ੍ਰਧਾਨ ਬਣ ਲੈਣ ਦਿਓ ਇਧਰਲੇ ਪਾਸੇ ਇੱਕ ਬੰਦਾ ਉਹਨਾਂ 'ਚ ਬੜੀ ਐਸਟ ਕਰਦੇ ਹੋ ਠੀਕ ਹੈ ਗੱਲ ਤਾਂ ਢੀ ਪਰ ਇਹ ਜਿਹੜੀ ਕੈਲਕੂਲੇਸ਼ਨ ਹੈ ਇਹ ਦੇਖੋ ਚਿੰਤਾ ਦਾ ਵਿਸ਼ਾ ਤੇ ਹੈਗੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਇਹ ਜਿੱਦਣ ਦਾ ਗੱਠ ਜੁੜ ਹੋ ਗਿਆ ਜਦੋਂ ਚਿਰ ਤੇ ਗੱਠ ਜੁੜ ਨਹੀਂ ਹੋਇਆ 19 ਦਿਨ ਤੱਕ ਆਪਾਂ ਦੇਖਿਆ ਵੀ ਕਾਲੀਦਾਲ ਵਾਲਾ ਵੀ ਪੂਰਾ ਟਾਬ ਗੇਰ ਨਹੀਂ ਪਾਇਆ ਗੱਡੀ ਦਾ ਉਹ ਤੇ ਤੀਜੇ ਇੱਕ ਚ ਰੱਖ ਤੇਜੇ ਵਿੱਚ ਕਹਿੰਦੇ ਪ੍ਰਧਾਨ ਜੀ ਕੀ ਗੱਲ ਤੇਜਨਗਰ ਨਾ 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 ਝੋਕਾ ਨਹੀਂ ਮਾਰਨਾ ਅਜੇ ਪੱਕਾ ਨਹੀਂ ਹੋਇਆ ਕੰਮ ਉਹ ਜਿੱਦਨ ਦਾ ਗੱਠ ਜੁੜ ਹੋ ਗਿਆ ਉਸ ਦਿਨ ਦਾ ਮਤਲਬ ਟਾਪ ਗੇਰ ਉਹਨਾਂ ਵੀ ਰੱਖਿਆ ਤੇ ਜਿਹੜੀ ਬਸਪਾਲੀ ਗੱਡੀ ਸੀ ਉਹ ਵਿਚਾਰੀ ਮਲੇ ਢੇਲੀ ਮੇਠੀ ਉਹ ਕਹਿੰਦੇ ਇਹਦਾ ਤੇਲ ਤੂਨ ਚੈੱਕ ਕਰਾ ਲਓ ਵੀਰ ਮੇਰੇ ਵੇ ਹੁਣ ਸਾਡੇ ਦੇ ਨਾਲ ਹੀ ਚਲਣੀ ਹੈ ਫਿਰ ਨਾ ਕਿ ਉਹ ਦੱਸਿਆ ਹੁਣ ਉਸ ਦਿਨ ਦਾ ਜਿਸ ਹਿਸਾਬ ਨਾਲ ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਉਹਦੇ ਤੋਂ ਕਾਂਗਰਸ ਦੀਆਂ ਦਿੱਕਤਾਂ ਵਧੀਆਂ ਪਰ ਮੈਂ ਇਹ ਸੋਚਦਾ ਜੀ ਵੀ ਆ ਜਿਹੜਾ ਫਾਰਮੂਲਾ ਪ੍ਰਧਾਨਗੀ ਵਾਲਾ ਜਾਂ ਚੇਅਰਮੈਨੀ ਵਾਲਾ ਜਾਂ ਮੰਨ ਲਓ ਵੀ ਟਿਕਟਾਂ ਵੰਡਣ ਦੇ ਵਿੱਚ ਸਿੱਧੂ ਸਾਹਿਬ ਦਾ ਹੱਥ ਕੁਝ ਵੀ ਮਰਜ਼ੀ ਕਰ ਲੈਣ ਪਤਾ ਨਹੀਂ ਕਿਉਂ ਮੇਰਾ ਅੰਦਰ ਨਹੀਂ ਮੰਨਦਾ ਇਸ ਗੱਲ ਨੂੰ ਵੀ ਕੈਪਟਨ ਸਾਹਿਬ ਨੇ ਮਨ ਚੰਦਰ ਧਾਰਿਆ ਹੋਇਆ ਵੀ ਜੋ ਮਰਜ਼ੀ ਦੇ ਦਿਓ ਭਾਈ ਅਖੀਰ ਚੱਲਣੀ ਮੇਰੀ ਆ ਮਤਲਬ ਹੁਣ ਜੇ ਮੰਨ ਲਓ ਵੀ ਸਿੱਧੂ ਸਾਹਿਬ ਨੂੰ ਪ੍ਰਧਾਨ ਬਣਾ ਦੇਣ ਤਾਂ ਵੀ ਟਿਕਟਾਂ ਵੰਡਣ ਦਾ ਹੱਕ ਵੀ ਦੇ ਦੇਣ ਤਾਂ ਵੀ ਉਹਨਾਂ ਨੂੰ ਕੋਈ ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾ ਦੇਣ ਤਾਂ ਵੀ ਅਖੀਰ ਜਿਹੜਾ ਪਲੜਾ ਉਹ ਕੈਪਟਨ ਸਾਹਿਬ ਨੇ ਆਪਣਾ ਭਾਰੀ ਰੱਖ ਲੈਣਾ ਕਿਉਂਕਿ ਅੜੀ ਪਗਾਉਣੀ ਉਹਨਾਂ ਆਉਂਦੀ ਏਦੋਂ ਪਹਿਲਾਂ ਉਹ ਦੋ ਤਿੰਨ ਰਾ ਪਗਾ ਚੁੱਕੇ ਮੈਨੂੰ ਹੋਰ ਲੱਗਦਾ ਅੜੀ ਪਗਾਉਣੀ ਤਾਂ ਉਹ ਜਾ ਕੇ ਆਉਣੀ ਆ ਨਾ ਫਰਵਰੀ ਜਨਵਰੀ 'ਚ ਉਦੇ ਤੋਂ ਪਹਿਲਾਂ ਇੱਕ ਸਭ ਤੋਂ ਵੱਡੀ ਦੁਚਿੱਤੀ ਹੋਰ ਪੈਦਾ ਹੋਣੀ ਆ ਨਵਜੋਤ ਸਿੰਘ ਸਿੱਧੂ ਨੇ ਇਦਾਂ ਲਕੀਰ ਖਿੱਚੀ ਆ ਉਹ ਜਿਹੜੀ ਲਕੀਰ ਕਿ ਖਿੱਚੀ ਆ ਕਿ ਭਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਿਹੜੇ ਕਥਿਤ ਦੋਸ਼ੀ ਨੇ ਸਜ਼ਾ ਦਿਓ ਰੇਤਾ ਬਜੜੀ ਪੰਜਾਬ ਚ ਮਹਿੰਗੀ ਆ ਉਹ ਕਿਹਨਾਂ ਦੇ ਕਰਕੇ ਹੋਈ ਆ ਚੱਕੇ ਅੰਦਰ ਦਿਓ ਤੇ ਸਭ ਤੋਂ ਵੱਡੀ ਗੱਲ ਕਿ ਬਿਜਲੀ ਵਾਲੇ ਸਮਝੌਤੇ ਵਿਧਾਨ ਸਭਾ ਦਾ ਸੈਸ਼ਨ ਸਦਕੇ ਰੱਦ ਕੀਤੇ ਜਾ ਸਕਦੇ ਆ ਸੋਧੇ ਜਾ ਸਕਦੇ ਆ ਜਾਂ ਨਵਾਂ ਕਾਨੂੰਨ ਬਣਾਇਆ ਜਾ ਸਕਦਾ ਕਰੋ ਹੁਣ ਜੇ ਤਾਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਗਿਆ ਲੈ ਕੇ ਪਿੰਡ ਨੂੰ ਆ ਜਾਂਦੇ ਆ ਕਿ ਭਾਈ ਪ੍ਰਧਾਨ ਕੀ ਮਿਲ ਗਈ ਆ ਬਜਾਊ ਟੂਲ ਲੰਡੀ ਜੀਪ ਦੇ ਉੱਤੇ ਖੁੱਲੀ ਜੀਪ ਦੇ ਉੱਤੇ ਓਪਨ ਜੀਪ ਦੇ ਉੱਤੇ ਚੜਾ ਤੇ ਹਾਰ ਪਾ ਦਿਓ ਤੇ ਇਦਾਂ ਇਦਾਂ ਕਰੀਏ ਇਸ ਗੱਲ ਨੂੰ ਤਾਂ ਉਹ ਵੀ ਨਹੀਂ ਬੰਦਾ ਮੰਨਣ ਵਾਲਾ ਪਤਾ ਉਸ ਬੰਦੇ ਨੂੰ ਵੀ ਹੈਗਾ ਜੇ ਆਹ ਕੈਲਕੂਲੇਸ਼ਨ ਤੁਹਾਨੂੰ ਪਤਾ ਨਾ ਕਿ ਕੈਪਟਨ ਸਾਹਿਬ ਨੇ ਅਧਿਕਾਰ ਆਪਣੇ ਕੋਲ ਹੀ ਰੱਖਣੇ ਆ ਮਨਾਉਣੀ ਆਪਣੀ ਆ ਤਾਂ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨਗੀ ਵਾਲਾ ਛੱਜ ਕੱਲਾ ਨਹੀਂ ਬਣਾਉਣਾ ਲੱਗਦਾ ਉਹ ਨਾਲ ਜੀ ਇਹਨਾਂ ਦੇ ਵਿੱਚੋਂ ਦੋ ਤਿੰਨ ਮੁੱਦੇ ਹੱਲ ਕਰਾਉਣ 'ਚ ਕਾਮਯਾਬ ਹੁੰਦੇ ਆ 18 'ਚੋਂ ਫਿਰ ਪੰਜਾਬ ਦੇ ਲੋਕਾਂ ਨੂੰ ਦੱਸਣ ਜੋ ਕਿ ਮੈਂ ਜੋ ਪੈਮੀ ਨਹੀਂ ਸੀ ਬੈਠਾ ਮੈਂ ਖੜੇ ਕਿਹੜੀ ਗੱਲਾਂ ਚੁੱਪ ਸੀ ਆ ਦੇਖੋ ਘਟੋ ਘਟ ਬਿਜਲੀ ਦੇ ਮੁੱਦੇ ਤੇ ਤੁਹਾਡੇ ਜਿਹੜੀਆਂ ਹਰ 2 ਮਹੀਨੇ ਬਾਅਦ ਚੁੰਡੀ ਨਹੀਂ ਚੁੰਡ ਵੜਿਆ ਜਾਂਦਾ ਸੀ ਇਹਦਾ ਬਿੱਲ ਆਲਾ ਉਹ ਮੇਰੇ ਕਰਕੇ ਜਾਂ ਤਾਂ ਥੋੜਾ ਜਿਹਾ ਮਾਫ ਹੋਇਆ ਜਾਂ ਥੋੜਾ ਜਿਹਾ ਘਟਿਆ ਮੈਂ ਉਹਦੇ ਤੋਂ ਬਣਾ ਕੇ ਲਈ ਪ੍ਰਧਾਨਗੀ ਲੈ ਗਿਆ ਪ੍ਰਧਾਨਗੀ ਤਾਂ ਉਹਨੇ ਚਲੋ ਦੇਤੀ ਮੈਂ ਕਿਹਾ ਚਲੋ ਬਾਕੀ ਕੰਮ ਹੋ ਗਿਆ ਇਹ ਵੀ ਦੇ ਦਿਓ ਨਹੀਂ ਪਰ ਉਹਦੇ ਚ ਉਹ ਕੱਲੇ ਨਹੀਂ ਨਾ ਕੈਂਡੀਡੇਟ ਮਤਲਬ ਇੱਕ ਹੁੰਦਾ ਹੈ ਨਾ ਵੀ ਮੈਂ ਫਿਰ ਸਾਲਮ ਟੈਕਸੀ ਕਰ ਲੈਣੀ ਸਾਲਮ ਟੈਕਸੀ ਨਹੀਂ ਹੈਗੀ ਉਹ ਉਹ ਛੇ ਡ ਟੈਕਸੀ ਬਣ ਜਾਣੀ ਉਹਦੇ ਚ ਪਹਿਲਾਂ ਅਗਲੀਆਂ ਸੀਟਾਂ ਤੇ ਆਮ ਆਦਮੀ ਪਾਰਟੀ ਵਾਲਿਆਂ ਦਾਬ ਲੈਣੀਆਂ ਨਾ ਉਹ ਕਹਿੰਦਾ ਭਾਈ ਥੋੜਾ ਅੱਗੇ ਦੇ ਦਿਓ ਤੁਸੀਂ ਇੱਕ ਗੇਅਰ ਦੇ ਐਸ ਪਾਸੇ ਕਰ ਲਾਤੇ ਕਹਿ ਐ ਪਾਸੇ ਕਰ ਲਾ ਨਾਲ ਭਗਵਾਨ ਮਰ ਉਹਨੇ ਫਸ ਕੇ ਬਾਈ ਨਾ ਕਹਿੰਦੇ ਦੋ ਬੰਦੇ ਤੇ ਦਿੱਲੀ ਹੋ ਜਾਂਦੇ ਉਹਨਾਂ ਦੇ ਤੇ ਮਾੜਾ ਜਿਹਾ ਜਦੋਂ ਉਹਨਾਂ ਨੇ ਗੇਅਰ ਪਾਉਣਾ ਕਿਹਾ ਲੱਤ ਮਾਰੀ ਜੇ ਮਗਰਲੀ ਸੀਟ ਤੇ ਵੀ ਤਿੰਨ ਚਾਰ ਜਾਣਿਆਂ ਨੇ ਵੜ ਜਾਣਾ ਉਧਰੋਂ ਇੱਕ ਅਦਾ ਬੰਦਾ ਹੋ ਸਕਦਾ ਵੀ ਮਤਲਬ ਕੋਈ ਆਮ ਆਦਮੀ ਪਾਰਟੀ ਦੇ ਨਾਲ ਕੋਈ ਦੂਜਾ ਹੋਰ ਨਹੀਂ ਕੋਈ ਬੈਂਸ ਭਰਾਵਾਂ ਚੋਂ ਇੱਕ ਅਦਾ ਬੰਦਾ ਬਹਿ ਜਾਵੇ ਵੀ ਨਹੀਂ 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 ਯਾਰ ਇੱਕ ਮਿੰਟ ਪਹਿਲਾਂ ਸਾਡੀ ਵੀ ਗੱਲ ਹੈ ਇਦਾਂ ਕਿਦਾਂ ਰੇਤਾ ਦੀਆਂ ਖਾਡਾਂ ਸਭ ਤੋਂ ਪਹਿਲਾਂ ਮੈਂ ਵੜਿਆ ਫਿਰਦਾ ਨਾ ਸੁਖਬੀਰ ਬਾਦਲ ਨੂੰ ਤੇ ਨਰਾਜ਼ ਹੋਣ ਲੱਗਾ ਹੁਣ ਇਹ ਸਾਰਾ ਕੁਝ ਜਦੋਂ ਰੇਤਾ ਵਾਲਾ ਕੰਮ ਹੋ ਗਿਆ ਬਿਜਲੀ ਵਾਲਾ ਗੱਲ ਹੋ ਗਈ ਹੋ ਸਕਦਾ ਵੀ ਮਤਲਬ ਸਿੱਧੂ ਸਾਹਿਬ ਵੀ ਕਹਿਣ ਵੀ ਮੈਂ ਕਰਾਇਆ ਤੇ ਅਗਲੇ ਬੰਦੇ ਦੂਸਰੇ ਰਿਕਸ਼ੇ ਦੇ ਸਪੀਕਰ ਬੰਨੀ ਫਿਰਿਆ ਕਰਾਇਆ ਕਰਾਉਂਦੇ ਹੀ ਰਹਿ ਗਏ ਧਰਨੇ ਹੀ ਲਾਉਂਦੇ ਉੱਥੇ ਮੈਨੂੰ ਯਾਦਦਾ ਵੀ ਹੋ ਸਕਦਾ ਉਹ ਵਾਲੀ ਗੱਲ ਵੰਡੀ ਜਾਵੇ ਕਿਉਂਕਿ ਜਦੋਂ ਇਹ ਸਾਰਾ ਕੁਝ ਜਿਨ੍ਹਾਂ ਨੇ ਕਰ ਲਿਆ ਮੰਨ ਲਓ ਵੀ ਕੈਪਟਨ ਸਾਹਿਬ ਨੇ ਕਰ ਲਿਆ ਸ਼ਾਜਦ ਤੇ ਉਹਨਾਂ ਨੇ ਵੀ ਬੰਨਣਾ ਨਾ ਕੀਤਾ ਕਿ ਨਹੀਂ ਫਿਰ ਨਹੀਂ ਇਹ ਤਾਂ ਤੁਹਾਨੂੰ ਪਹਿਲਾਂ ਕਹਿਣਾ ਵੀ ਰੁਕ ਜਾਓ ਬਸ ਉਹਨਾਂ ਨੇ ਸ਼ਾਜਦ ਜ਼ਰੂਰ ਬੰਨਣਾ ਤੇ ਆਮ ਆਦਮੀ ਪਾਰਟੀ ਵਾਲਾਂ ਦਾ ਵੀ ਹੱਕ ਬਣਦਾ ਇਹਦੇ ਵਿੱਚ ਕੋਈ ਦੋਰਾ ਨਹੀਂ ਹਾਂ ਪਰ ਰੌਲਾ ਇਹ ਹੈ ਕਿ ਆਮ ਆਦਮੀ ਪਾਰਟੀ ਕੋਲ ਆਪਣਾ ਕੱਢ ਰਿਹਾ ਤੇ ਕਾਂਗਰਸ ਦੇ ਕੋਲੇ ਆਪਣਾ ਹੁਣ ਜਿਹੜੇ ਕਾਂਗਰਸੀ ਪਿੰਡਾਂ ਦੇ ਵਿੱਚ ਜਾਂਦੇ ਆ ਤੇ ਵਰਕਰਾਂ ਨੂੰ ਲੋਕ ਕਹਿੰਦੇ ਆ ਬਿੱਲ ਵੜਾ ਆ ਜੇ ਵੋਟ ਲੈਣ ਤਾਂ ਤੁਸੀਂ ਆ ਜਾਣਾ ਕਦੇ ਬਿੱਲ ਦੇਣ ਦੇ ਬਾਰੇ ਵੀ ਆਜਿਆ ਕਰੋ ਬਹੁ ਉਨਾ ਸਾਰੇ ਲੋਕਾਂ ਨੂੰ ਜੇ ਲੱਗਾ ਕਿਉਂਕਿ ਇੱਕ ਗੱਲ ਤਾਂ ਬਕੀ ਐ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਬੱਚੇ-ਬੱਚੇ ਨੂੰ ਜਾ ਕੇ ਪੁੱਛ ਲਓ ਜਦੋਂ ਬਿਜਲੀ ਵਾਲੇ ਮੁੱਦੇ ਤੇ ਦੋ ਬੰਦਿਆਂ ਦੇ ਨਾਂ ਆਉਂਦੇ ਆ ਜਾਂ ਕੇਜਰੀਵਾਲ ਦਾ ਆਉਂਦਾ ਭਾਈ ਉਹ ਕਹਿੰਦਾ ਮੈਂ 600 ਮੁਫਤ ਕਰੂੰ ਯੂਨਿਟ 2 ਮਹੀਨਿਆਂ ਦਾ ਜਾਂ ਨਵਜੋਤ ਸਿੰਘ ਸਿੱਧੂ ਦਾ ਆਉਂਦਾ ਜਿਹੜਾ ਕਹਿੰਦਾ ਕਿ ਭਾਈ 24 ਘੰਟੇ ਵੀ ਹੋ ਸਕਦੀ ਐ ਤੇ 3 ਤੋਂ 4 ਰੁਪਏ ਯੂਨਿਟ ਵੀ ਹੋ ਸਕਦੀ ਐ ਹੁਣ ਜੇ 500 ਯੂਨਿਟ ਕੋਈ ਬੰਦਾ ਖਰਚਦਾ ਬਿੱਲ ਹੀ ਨਹੀਂ ਆਊ 600 ਖਰਚਦਾ ਬਿੱਲ ਹੀ ਨਹੀਂ ਆਊ 1000 ਖਰਚੇਗਾ ਤਾਂ ਬਿੱਲ ਕਿੰਨਾ ਆਊਗਾ 1500 ਹੂੰ 1000 ਵਾਲਾ ਪਰਿਵਾਰ ਤਾਂ ਬਹੁਤ ਵੱਡਾ ਸਰਦਾ ਪੁੱਜਦਾ ਹੁੰਦਾ ਨਾ ਜਿਹਦੇ ਕੋਲ ਮਸ਼ੀਨਰੀ ਬਹੁਤ ਹੈ ਇਸ ਕਰਕੇ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਦੇ ਕਾਡਰ ਦੀ ਵੀ ਲੜਾਈ ਹੈ ਕਿ ਕਾਂਗਰਸ ਪਾਰਟੀ ਜਿਹੜਾ ਸੁਧਾਰਨ ਬੰਦਾ ਹੈ ਜਿਹਨੇ ਇਕੱਲੇ ਇਕੱਲੇ ਘਰ ਦਾ ਕੁੰਡਾ ਖੜਕਾਉਣਾ ਜਿਹਨੇ ਪੋਲਿੰਗ ਬੂਥ ਲਾਉਣਾ ਜਿਹਨੇ ਪਿੰਡਾਂ ਨੂੰ ਕਹਿਣਾ ਕਿ ਅੱਜ ਉਮੀਦਵਾਰ ਸਾਹਿਬ ਨੇ ਆਉਣਾ ਥੋੜ੍ਹਾ ਜਿਹਾ ਆਇਓ ਉਹਨਾਂ ਦੇ ਉੱਤੇ ਅਸਰ ਕਿਹਦਾ ਪੈਣਾ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਸਵਾ ਚਾਰ ਸਾਲ ਸਾਢੇ ਚਾਰ ਸਾਲ ਤੋਂ ਉਹਨਾਂ ਨੂੰ ਲੋਕਾਂ ਨੂੰ ਜਵਾਬ ਦਿੰਦੇ ਆ ਹੋ ਗਏ ਨਹੀਂ ਕਰਦੇ ਆ ਫਿਰ ਕਰਦੇ ਆ ਤੇ ਲੋਕਾਂ ਨੇ ਵੀ ਕ ਤਾਂ ਸ਼ਾਇਦ ਹੁਣ ਵੀ ਨਹੀਂ ਸੀ ਹੋਣਾ ਚਲੋ ਮੰਨ ਲੈਂਦੇ ਆ ਇਹ ਤਾਂ ਇਹਦੇ ਜਿਹੜਾ ਕੋਈ ਗੋਡੇ ਰਹਿ ਗਿਆ ਦਾ ਪੰਜਾਬੀ ਚ ਕਹਿੰਦੇ ਆ ਅੱਜ ਸਵੇਰ ਤੱਕ ਪਤਾ ਲੱਗ ਜਾਣੀ ਇਹ ਕਹਾਣੀ ਨਹੀਂ ਦੇ ਅੱਜ ਸ਼ਾਮ ਦਾ ਕਿ ਹੋ ਸਕਦਾ ਭਾਰਤ ਦੇ ਹਿਸਾਬ ਨਾਲ ਪਤਾ ਲੱਗਦੀ ਪਰ ਹੁਣ ਜੇ ਟਵੀਟ ਕੀਤੀ ਮੰਨ ਲਓ ਸਿੱਧੂ ਸਾਹਿਬ ਨੇ ਉਹਦੇ ਵਿੱਚ ਜਿਹੜੀ ਉਹ ਕੈਲਕੂਲੇਸ਼ਨ ਦੱਸਦੇ ਨੇ ਉਹਦਾ ਸਿੱਧਾ ਸਿੱਧਾ ਕੰਪੈਰੀਜ਼ਨ ਸਰਦਾਰ ਸੁਖਵੀਰ ਸਿੰਘ ਬਾਲਸਾਹ ਜਿਹੜੀ ਇਹ ਤੋਂ ਪਹਿਲਾਂ ਪ੍ਰੈਸ ਨੂੰ ਸੰਬੋਧਿਤ ਹੋਆ ਢੇ ਵੀ ਲੈ ਇਦਾਂ ਕਿਦਾਂ ਅਹੀਂ ਕਦੇ ਕਮਲੇ ਹਨ ਇਹਦੇ ਐਂ ਕਹਿੰਦੇ ਆ ਵੀ ਬਸ ਵੀਰੇ ਅਸੀਂ ਸਾਰਾ ਕੁਝ ਸਮਝਾਉਦੇ ਸਮਝਾਦੇ ਬੰਦ ਕਰਕੇ ਤੇ ਉਹਨਾਂ ਨੇ ਕਿਹਾ ਵੀ ਲੈ ਜਾਓ ਚੱਕ ਕੇ ਡੱਬੇ ਇੱਕ ਦਿਨ ਛੱਡ ਕੇ ਪੰਜਾਬ 'ਚ ਬੱਤੀ ਆਉਣੀ ਕਹਿੰਦੇ ਜੀ ਤੁਸੀਂ ਕਰਕੇ ਵੇਖੋ ਸਮਝਾਉਂਦੇ ਰਹਦੀ ਹੋ ਕਿਆ ਬੰਦੇ ਨੇ ਉਹਨਾਂ ਨੇ ਤਾਂ ਬਹੁਤ ਕੁਝ ਕਿਹਾ ਉਹ ਤਾਂ ਕਲੀਅਰ ਹੀ ਕਰ ਗਿਆ ਸਾਰੀਆਂ ਗੱਲਾਂ ਆਪਣੇ ਵਾਲੋਂ ਜਾਨੀ ਜੇ ਕੋਈ ਬੰਦਾ ਕੱਲਾ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਸੁਣਦਾ ਉਹਨਾਂ ਦਾ ਹੋ ਜਾਂਦਾ ਜੇ ਕੋਈ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਨਹੀਂ ਸੁਣਦਾ ਸਿੱਧੂ ਸਾਹਿਬ ਦੀ ਸੁਣਦਾ ਉਹਨਾਂ ਦਾ ਹੋ ਜਾਂਦਾ ਹਾਂ ਜਿਹੜਾ ਦੋਨਾਂ ਦੀ ਨਹੀਂ ਸੁਣਦਾ ਕੇਜਰੀਵਾਲ ਸਾਹਿਬ ਦੀ ਸੁਣਦਾ ਹੁੰਦਾ ਯਾਰ ਬੰਦਾ ਹੀ ਇਹ ਵਧੀਆ ਮੈਂ ਤਾਂ ਕਹਿਣਾ ਕਿ ਪੰਜਾਬ ਦੇ ਲੋਕ ਇੱਕ ਕੰਮ ਕਰਨ ਇਹਨਾਂ ਤਿੰਨਾਂ ਲੀਡਰਾਂ ਦੇ ਤੇ ਚੌਥੇ ਨਾਲ ਕੈਪਟਨ ਸਾਹਿਬ ਹਾ ਲੋ ਇਨਾ ਚਾਰਾਂ ਲੀਡਰਾਂ ਦੇ ਸਾਂਝੇ ਤੌਰ ਤੇ ਬਿਆਨ ਸੁਣੋ ਵੀ ਉਹਦਾ ਵੀ ਸੁਣਨਾ ਉਹਦਾ ਵੀ ਸੁਣਨਾ ਫਿਰ ਆਪਣਾ ਫੈਸਲਾ ਬਣਾਓ ਹੁਣ ਤੁਸੀਂ ਦੇਖੋ ਸੁਖਵੀਰ ਸਿੰਘ ਬਾਦਲ ਸਾਹਿਬ ਕਹਿੰਦੇ ਆ ਕਿ 2007 ਚ ਕੈਪਟਨ ਸਾਹਿਬ ਨੇ ਗੱਡੀ ਛੱਡੀ ਹਮ ਬਿਜਲੀ ਬਹੁਤ ਘੱਟ ਸੀ ਸਾਡੇ ਕੋਲੇ ਚਾਰਾ ਹੀ ਕੋਈ ਨਹੀਂ ਸੀ ਅਸੀਂ ਤਾਂ ਪ੍ਰਾਈਵੇਟ ਪਲਾਂਟਾਂ ਦੇ ਨਾਲ ਸਮਝੌਤੇ ਕੀਤੇ ਤੇ ਕਹਿੰਦੇ ਦੇਖ ਲਓ ਉਹਨਾਂ ਸਾਲਾਂ ਦੇ ਵਿੱਚ ਜਿੰਨਿਆਂ ਦੇ ਨਾਲ ਵੀ ਸਮਝੌਤੇ ਹੋਏ ਸੂਬਿਆਂ ਦੇ ਸਭ ਤੋਂ ਸਸਤੀ ਬਿਤੀ ਸਾਡੀ ਜੀ ਪਰ ਉਹ ਜਿਹੜਾ ਰੇਟ ਦੱਸਦੇ ਆ ਪੌਣੇ 3 ਰੁਪਏ ਜੀ ਹੁਣ ਮੈਨੂੰ ਸਮਝ ਨਹੀਂ ਲੱਗੀ ਵੀ ਜੇ ਪੌਣੇ 3 ਰੁਪਈਆ ਦਾ ਸਮਝੌਤਾ ਹੋਇਆ 20 ਸਾਲਾਂ ਲਈ ਮੰਨ ਲਓ ਵੀ ਉਹ 2010 ਚ ਹੋ ਗਿਆ ਉਹ ਸਮਝੌਤਾ ਇਹਦਾ ਮਤਲਬ ਵੀ 2000 ਜਿਆਦਾ ਨਹੀਂ 30 ਤੱਕ ਚੱਲਣਾ ਪੌਣੇ 3 ਰੁਪਈਆ ਰੇਟ ਰਹਿਣਾ ਫਿਰ ਹੁਣ ਜੇ ਪੌਣੇ 3 ਰੁਪਈਆ ਹੈ ਉਹਦੇ ਤੇ ਕਿਹੜੀਆਂ ਐਸੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਈ ਜਾਂਦੀਆਂ ਜੀ ਇਹਦਾ ਕਰਕੇ ਜਦਨ ਬਚਾਰੇ ਨੂੰ ਬਿੱਲ ਆਉਂਦਾ ਹਿਸਾਬ ਲਾ ਕੇ ਇਹਨਾਂ ਤੇ ਉਹ ਨਿੱਕੀ ਨਾਣੇ ਨੂੰ ਕਹਿੰਦੇ ਉੱਤੇ ਕਰਕੇ ਵੇਖਾਂ ਕਿੰਨੇ ਨੂੰ ਪਿਆ ਆਪਾਂ ਨੂੰ ਜੁਨਟ ਪਲਾ ਉਹ ਫੇ ਪਾਪਾ ਪਾਪਾ ਮੈਨੂੰ ਲੱਗਦਾ ਵੀ ਇਹ 9 9.5 ਪੌਣੇ 10 ਨੂੰ ਪੈਂਦੀ ਹੈ 3 ਉਸੇ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਗੱਲ ਹੋਰ ਕਹੀ ਸੀ ਕਿ ਬਿਜਲੀ ਦੀ ਪ੍ਰੋਡਕਸ਼ਨ ਜਾਂ ਬਿਜਲੀ ਦੀ ਖਰੀਦ ਇੱਕ ਗੱਲ ਹੈ ਤੇ ਉਹਨੂੰ ਲੋਕਾਂ ਤੱਕ ਪਹੁੰਚਾਉਣਾ ਇੱਕ ਗੱਲ ਹੈ ਕਿਉਂਕਿ ਖਰੀਦ ਤਾਂ ਹੋ ਗਈ ਨਾ ਕਿ ਉਹ ਤਾਂ ਇੱਕ ਜਗ੍ਹਾ ਦੇ ਉੱਤੇ ਮੰਨ ਲਓ 100 ਏਕੜ ਦੇ ਵਿੱਚ ਇੱਕ ਥਰਮਲ ਲੱਗਾ ਉਹ ਜਿਹੜਾ ਥਰਮਲ ਲੱਗਿਆ ਉਹਨਾਂ ਨੇ ਉੱਥੇ ਮਸ਼ੀਨਰੀ ਲਾਈ ਆ ਤੇ ਉਹਦੇ ਵਿੱਚੋਂ ਬਿਜਲੀ ਬਣ ਗਈ ਉਹਦੇ ਤੋਂ ਬਾਅਦ ਉਹ ਬਿਜਲੀ ਨੂੰ ਕਿਤੇ ਪਹੁੰਚਾਉਣਾ ਹੈ ਮੰਨ ਲਓ 5 ਯੂਨਿਟ ਖਰੀਦੇ ਆ ਦੋ ਰਾਹ ਹੀ ਖਰਚ ਹੋ ਗਏ ਠੀਕ ਹੈ ਜੀ ਉਹ ਜਿਹੜੀ ਤਿੰਨਾ ਦੀ ਹੈ ਉਹ ਪੰਜਾਂ ਦੀ ਹੋ ਗਈ ਉੱਥੇ ਹੀ ਉਹਦੇ ਤੋਂ ਬਾਅਦ ਖੰਭੇ ਲੱਗੇ ਆ ਟਰਾਂਸਫਾਰਮਰ ਲੱਗਿਆ ਤਾਰਾਂ ਲੱਗੀਆਂ ਲਾਈਨਮੈਨ ਦੀ ਤਨਖਾਹ ਆ ਜੇ ਤੁਸੀਂ ਬਿੱਲ ਬਹੁਤ ਧਿਆਨ ਨਾਲ ਵੇਹ ਤੁਸੀਂ ਤਾਂ ਵੱਡੇ ਬੰਦੇ ਆ ਤੁਹਾਨੂੰ ਤਾਂ ਉਥੇ ਕਿਨਾਂ ਸਾਹਿਬ ਬਿਜਲੀ ਦਾ ਬਿੱਲ ਆਇਆ ਹੈ 18000 ਮੇਰੀ ਮੇਰੀ ਨਾ 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 ਮੈਨੂੰ ਥੋੜਾ ਦੱਸਣਾ ਹੁੰਦਾ ਮੈਂ ਤੁਹਾਨੂੰ ਨਹੀਂ ਕਹਿਣਾ ਮੈਂ ਤੁਹਾਨੂੰ ਮੇਰੀ ਬੇਨਤੀ ਨੂੰ ਪੂਰੀ ਸੁਣ ਲੈ ਕਿ ਤੁਹਾਨੂੰ ਨਹੀਂ ਪਤਾ ਹੋਣਾ ਕਿਉਂਕਿ ਉਹਦੇ ਵਿੱਚ ਕਈ ਕੁਝ ਲੱਗਦਾ ਸਰਚਾਰਜ ਇੰਨੀ ਤਰੀਕ ਤੱਕ ਤਾਉਂਗੇ ਕਿਉਂਕਿ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਜੇ ਚੈੱਕ ਨਾਲ ਬਿੱਲ ਦੇਣਾ ਹੋਵੇ ਤਾਂ ਪਹਿਲਾਂ ਦੇਣਾ ਪੈਂਦਾ ਕੈਸ਼ ਦੇਣਾ ਹੋਵੇ ਤਾਂ ਭਾਵੇਂ ਥੋੜੀ ਦੇਰ ਰੁੱਕੇ ਦੇ ਲਓ ਕਿਉਂਕਿ ਗੋਸਸ ਲਾਉ ਵਿੱਚ ਨਹੀਂ ਨਹੀਂ ਤੁਹਾਨੂੰ ਗੋਸਸ ਦਾ ਵੀ ਨਹੀਂ ਪਤਾ ਮੈਂ ਕਾਰਨ ਦੱਸਦਾ ਤੁਸੀਂ ਹਮੇਸ਼ਾ ਚੈੱਕ ਨਾਲ ਬਿੱਲ ਦਿੰਦੇ ਨੇ ਕਿਉਂਕਿ ਤੁਹਾਡਾ ਬੈਲੀ ਇੰਨਾ ਜ਼ਿਆਦਾ ਹੁੰਦਾ ਕੈਸ਼ ਉਹ ਜਮਾ ਹੀ ਨਹੀਂ ਕਰਾ ਸਕਦੇ ਤੁਹਾਨੂੰ ਤਾਂ ਉਹ ਕਹਿੰਦੇ ਸਭ 18000 ਰੁਪਏ ਤੋਂ ਹਵੇਲੀ ਦਾ ਬਿੱਲ ਆਇਆ ਹੈ ਹੈ ਅੱਛਾ ਇਹ ਹੈ ਹੈ ਘਰ ਦਾ ਬਿੱਲ ਇਤਨਾ ਆ ਗਿਆ ਤੁਸੀਂ ਕਹੋ ਯਾਰ ਤੈਨੂੰ ਕੀ ਗਿਆ 10 ਲੱਖ ਤੋਂ ਘੱਟ ਮੇਰੇ ਨਾਲ ਗੱਲ ਨਹੀਂ ਕਰਨੀ ਜਾ ਕੇ ਪੀਏ ਤੋਂ ਲੈ ਲੈ ਹਾਂ ਇਹ ਨਹੀਂ ਹੈ ਨਾ ਹੁਣ ਮਾਰੇ ਇਹ ਇਥੋਂ ਇੱਕ ਗੱਲ ਹੈ ਤੁਸੀਂ ਹੁਣ ਪੜੇ ਗਏ ਦੱਸੋ ਜੇ ਤੇ ਮੈਂ ਸੱਚੀ ਲੀਡਰਾਂ ਤੇ ਮੈਂ ਵੱਡਾ ਬੰਦਾ ਹਾਂ ਜੁਰਤ ਕੀ ਆ ਬਿਜਲੀ ਵਾਲਿਆਂ ਨੇ ਮੇਰੇ ਕੋਲੋਂ ਬਿੱਲ ਲੈ ਜਾਣ ਨਹੀਂ 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 ਇਹ ਤੋਂ ਪਹਿਲਾਂ ਕਾਲੀ ਭਾਈ ਭਾ ਸਰਕਾਰ ਸੀ ਤੁਸੀਂ ਕਿਹਾ ਕਿ ਸਰਕਾਰ ਦਾ ਅਜੇ ਨਤੀਜਾ ਆਉਣਾ ਸੀ ਉਦੋਂ ਪਹਿਲਾਂ ਗੱਡੀ 'ਚ ਪਲਾਸ ਲੈ ਕੇ ਤੁਰੇ ਫਿਰਦੇ ਅੱਛਾ ਕਿਹੜੇ ਲੀਡਰ ਦਾ ਖਾਮਾ ਕੱਟਣਾ ਯਾਰ ਉਹ ਚਾਹ ਤਾਰ ਬਲੇਟੋ ਇਧਰੋਂ ਇਸ ਕਰ ਹੁਣ ਪਹਿਲੀਆਂ ਦਾ ਵੀ ਸੀਗਾ ਲੱਖਾਂ ਰੁਪਿਆ ਦੇਣ ਵਾਲਾ ਹੋਣ ਵਾਲਿਆਂ ਦੇ ਵੀ ਗਿਆ ਦੇ ਦੇ ਮੇਰੀ ਬੇਨਤੀ ਤੋਂ ਸੋਹਣਾ ਤੁਸੀਂ ਇਹ ਕੀ ਕਿਹਾ ਜਾ ਕੇ ਕਿ ਇਹ ਥੋੜਾ ਕਿਹ ਚੈੱਕ ਲੈ ਜਾਓ ਤੁਸੀਂ ਕਿਹਾ ਜਾ ਕੇ ਉਹਦੇ ਕੋਲੋਂ ਜਿਹੜਾ ਕੇਸ ਕਰਨਾ ਨਾ ਬਿਜਲੀ ਬੋਰਡ ਤੇ ਕੇਸ ਕਰਦੇ ਹੋ ਕਿ ਮੈਨੂੰ ਬਿੱਲ ਕਿੱਦਾ ਭੇਜੇ ਆ ਕਈਆਂ ਨੇ ਕੇ ਸੁਣ ਕੀਤੇ ਹੋ ਆ ਕਿ ਭਾਈ ਬਿੱਲ ਫਿਰ ਉਹਦੇ ਬਾਅਦ ਜੋ ਰੌਲਾ ਪੈਣਾ ਫਿਰ ਸੰਧਾ ਵਾਲੀਆ ਸਾਬ ਨੇ ਕਹਿ ਦੇਣਾ ਮੈਂ ਤਾਂ ਬਿਜਲੀ ਦਾ ਪੇਲ ਮੋਟਰ ਦਾ ਵੀ ਦੇਣਾ ਹੀ ਆ ਮੈਂ ਚਾਹੁੰਨਾ ਮੈਂ ਪਾਵਰ ਕਾਮ ਨੂੰ ਚਿੱਠੀਆਂ ਵੀ ਲਿਖੀਆਂ ਬਿਨਾ ਐਡਰੈਸ ਤੋਂ ਉਹਨਾਂ ਨੇ ਮੇਰੇ ਤੋਂ ਅਜੇ ਵੀ ਬਿੱਲ ਲੈਂਦੇ ਨਹੀਂ ਮੈਂ ਥੋੜੀ ਲੈਣੀ ਆ ਮੈਂ ਸਰਦਾਰ ਬੰਦਾ ਵੱਡਾ ਬੰਦਾ ਮੇਰੇ ਮੇਰੇ ਬਿੱਲ ਦੇ ਪੈਸੇ ਲੋਕਾਂ ਦੀ ਭਲਾਈ ਦੇ ਖਰਚੋ ਆ ਪਰ ਕਿਹਾ ਪਾਣੀ ਲੈ ਆਓ ਪਾਣੀ ਅੱਛਾ ਚਲਿਏ ਮੁੜ ਕੇ ਨਾਲੇ ਆਖੀ ਵੀ ਜਾਣਾ ਜਿਹਨੇ ਸਲਾਹ ਦਿੱਤੀ ਤੂੰ ਮਾਮਾ ਜ ਮੇਰੇ ਕੋਲ ਆ ਕਵਾ ਤੇ ਦਿੱਤਾ ਹੁਣ ਚੁੱਪ ਰਹੀ ਚਾਹ ਕੇ ਫੋਨ ਨਹੀਂ ਚੁੱਕਣਾ ਕਿਸਦਾ ਵੀ ਆਇਆ ਚਲੋ ਸੰਧਾੜੀਆਂ ਸਭ ਕੁੱਲ ਮਿਲਾ ਕੇ ਕੁੱਲ ਮਿਲਾ ਕੇ ਸੁਖਵੀਰ ਸਿੰਘ ਬਾਦਲ ਹੋਰ ਨੇ ਆਪਣਾ ਪੱਖ ਰੱਖਿਆ ਸੀ ਕਹਿੰਦੀ ਉਦੋਂ ਲੋੜ ਸੀ ਸਮਝੌਤੇ ਕੀਤੇ ਉਹਨਾਂ ਦਿਨਾਂ ਦੇ ਵਿੱਚ ਬਾਕੀ ਸੂਬਿਆਂ ਨੇ ਜਿਹੜੇ ਸਮਝੌਤੇ ਕੀਤੇ ਉਹਨਾਂ ਨਾਲ ਸਸਤੇ ਕੀਤੇ ਇਹਦੇ ਤੋਂ ਇਲਾਵਾ ਉਹ ਕਹਿੰਦੇ ਜਿਹੜੇ ਸਫਾਈ ਭੁਗਤਾਨ ਦੀ ਗੱਲ ਕਰਦੇ ਆ ਉਹ ਅਸੀਂ ਸਰਕਾਰੀ ਪਲਾਂਟਾਂ ਨੂੰ ਵੀ ਦਿੰਨੇ ਆ ਉਹਨਾਂ ਦੀ ਗੱਲ ਆਪਣੀ ਜਗ੍ਹਾ ਠੀਕ ਹੋ ਸਕਦੀ ਹੈ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਠਾ 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 ਕਰਕੇ ਛੇ ਟਵੀਟ ਕੀਤੇ ਉਹਦੇ ਵਿੱਚ ਉਹਨਾਂ ਨੇ ਪਹਿਲੀ ਗੱਲ ਕਹੀ ਕਿ ਕਿਸੇ ਵੀ ਸੂਬੇ ਦਾ ਜਿਹੜਾ ਸਮਝੌਤਾ ਹੋਇਆ ਪ੍ਰਾਈਵੇਟ ਪਲਾਂਟਾਂ ਦੇ ਨਾਲ ਉਹਨਾਂ ਨੇ 80 ਫੀਸਦੀ ਤੋਂ ਵੱਧ ਸਥਾਈ ਭੁਗਤਾਨ ਨਹੀਂ ਕਰਦੇ ਪੰਜਾਬ 100 ਕਿਉਂ ਕਰਦਾ ਹੂੰ ਉਹਦਾ ਕਰਕੇ 1 ਰੁਪਿਆ 20 ਪੈਸੇ 1 ਪ੍ਰਤੀ ਯੂਨਟ ਵਾਦਾ ਭੀ ਜੇ ਅੱਜ ਹੀ ਉਹ ਬਾਕੀ ਸੂਬਿਆਂ ਤੇ ਲੈ ਜਾਈਏ ਤਾਂ ਸਵਾ ਰੁਪਿਆ ਯੂਨਟ ਹੁਣੇ ਹੀ ਮਾਫ ਹੂੰ ਦੂਸਰੀ ਗੱਲ ਇੱਕ ਬਹੁਤ ਇੰਪੋਰਟੈਂਟ ਇਸ਼ੂ ਉਹ ਥਰਮਲ ਪਲਾਂਟ ਵਾਲੇ ਜਿਹੜੇ ਆ ਉਹ ਬਿਜਲੀ ਬਣਾਉਂਦੇ ਆ ਕੋਲਾ ਬਣਾਉਂਦੇ ਹੂੰ ਕੋਲੇ ਦੀ ਖੱਡ ਪੰਜਾਬ ਸੂਬੇ ਨੂੰ ਅਲਾਟ ਹੋਈ ਐ ਉਹ ਜਿਹੜਾ ਕੋਲਾ ਆਉਂਦਾ ਤੇ ਉਹਨੂੰ ਉਹਦੀ ਜਿਹੜੀ ਐ ਉਹ ਧੁਆਈ ਹੁੰਦੀ ਐ ਹੁਣ ਜਿਹੜੀ ਉਹਦੀ ਧੁਆਈ ਹੁੰਦੀ ਐ ਉਹਦੇ ਉੱਤੇ ਹੀ ਹਜ਼ਾਰਾਂ ਕਰੋੜ ਰੁਪਈਆ ਉਹ ਕਹਿੰਦੇ ਪੰਜਾਬ ਨੇ ਕੇਸ ਹੀ ਨਹੀਂ ਚੱਜਣਾ ਰੱਖਿਆ ਅਦਾਲਤ ਦੇ ਵਿੱਚ ਲੱਗੀਆਂ ਕੰਪਨੀਆਂ ਕੇ ਪਾਈਆ ਕੋਲਾ ਆ ਗਿਆ ਠੀਕ ਐ ਇਹਦੀ ਜਿਹੜੀ ਧੁਆਈ ਦੇ ਪੈਸੇ ਵਾਸ਼ਿੰਗ ਦੇ ਪੈਸੇ ਸਰਕਾਰ ਦੇਊਗੀ ਪੰਜਾਬ ਸਰਕਾਰ ਦੇ ਆਪਾਂ ਨੂੰ ਪਤਾ ਵਕੀਲ ਦਾ ਵੈਸੇ ਹੀ ਸੁਲੱਖਣੇ ਆ ਕੜਾ ਬਿਆਦਵੀ ਵਾਲੇ ਕੇਸ ਦੇ ਵਿੱਚ ਮੁੱਧੜੇ ਮੁੰ ਡਿੱਗੇ ਆ ਜੇ ਆਪਾਂ ਨਹਿਰੀ ਪਾਣੀ ਵਾਲੇ ਕੇਸ 'ਚ ਮੁੱਧੜੇ ਨੂੰ ਡਿੱਗੇ ਆ ਜਾਂ ਕਿਸੇ ਹੋਰ ਕੇਸ 'ਚ ਡਿੱਗੇ ਆ ਇਹਦੇ ਵਿੱਚ ਵੀ ਡਿੱਗ ਪੈ ਉਹ ਕਹਿੰਦੇ ਹਜ਼ਾਰਾਂ ਕਰੋੜ ਰੁਪਈਆ ਬਣਦਾ ਨਹੀਂ ਸੀ ਪਰ ਪੰਜਾਬ ਦੀ ਸਰਕਾਰ ਲੋਕਾਂ ਦੇ ਟੈਕਸ ਦੇ ਪੈਸੇ ਜੁ ਦੇ ਰਹੀ ਹੈ ਜਿਹੜੀ ਤੁਸੀਂ ਕਰਦੇ ਸੀ ਨਾ ਕਿ ਜੇ 2 ਰੁਪਈਆ ਪੈਂਦੀ ਹੈ 9 ਕਿਉਂ ਪਹੁੰਚਦੀ ਹੈ 19 ਵੀ ਪਹੁੰਚ ਸਕਦੀ ਸੀ ਜੇ ਕਿਤੇ ਇਦਾਂੇ ਕੰਮ ਚੱਲੀ ਜਾਂਦਾ ਨਹੀਂ ਨਹੀਂ ਠੀਕ ਹੈ ਗੱਲ ਤੁਸੀਂ ਤਾਂ ਮੈਨੂੰ ਐ ਪੁੱਛਦੇ ਹੋ ਜਿੱਦਾਂ ਸਰਦਾਰ ਸੁਬੀਰ ਸਿੰਘ ਬਾਦਲਾਹ ਦਾ ਮੈਂ ਉਹਨੂੰ ਹੱਥ ਫੜ ਕੇ ਸਾਈਨ ਕਰਾਇਆ ਆ ਕਰਿਓ ਜਰਾ ਪ੍ਰਧਾਨ ਜੀ ਤੇ ਐਦਾਂ ਥੋੜੀ ਗੱਲ ਨਹੀਂ ਨਹੀਂ ਆ ਨਹੀਂ ਲਿਖਣੇ ਇਹਨੇ ਲੈਣੇ ਪਰ ਇੱਕ ਚੀਜ਼ ਹੈ ਹੁਣ ਇਹ ਸਾਰੇ ਕੁਝ ਦੇ ਵਿੱਚ ਦੇਖੋ ਮੈਂ ਇਸ ਗੱਲ ਨੂੰ ਹੈਰਾਨ ਆ ਵੀ ਜੇ ਮੰਨ ਲਓ ਇਦਾਂ ਹੀ ਸੀ ਤੇ ਇਹ ਚੀਜ਼ ਤੇ ਇਹਨਾਂ ਨੂੰ ਅੱਜ ਤੋਂ 4 ਸਾਲ ਪਹਿਲਾਂ ਕਹਿ ਦੇਣੀ ਚਾਹੀਦੀ ਸੀ ਵੀ ਦੇਖੋ ਜੀ ਆਹ ਸਿਚੁਏਸ਼ਨ ਆਹ ਸਨੈਰੀਓ ਆ ਜੇ ਤੁਹਾਨੂੰ ਲੱਗਦਾ ਵੀ ਰੱਦ ਕਰਨੇ ਤੇ ਸਾਡੀ ਵੱਲੋਂ ਹੁਣੇ ਕਰ ਦਿਓ ਹੁਣ ਜਦੋਂ ਰੌਲਾ ਪੈ ਗਿਆ ਪੇਚਾ ਪੈ ਗਿਆ ਇਹਦਾ ਮਤਲਬ ਕੋਈ ਨਾ ਕੋਈ ਪ੍ਰੈਸ਼ਰ ਤੇ ਉੱਤੇ ਜਾ ਕੇ ਗਿਆ ਹੋਊ ਕਿ ਪ੍ਰਧਾਨ ਜੀ ਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਇਹਦੇ ਤੇ ਆ ਕੇ ਵੀ ਨਹੀਂ ਯਾਰ ਇਹ ਇਦਾਂ ਨਹੀਂ ਐਦਾਂ ਐ ਗੱਲਬਾਤ ਪਰ ਇੱਕ ਜਿਹੜੀ ਮੈਨੂੰ ਗੁੱਡੀ ਉਹਦੇ 'ਚ ਥੋੜੀ ਜਿਹੀ ਲੱਗਦੀ ਆ ਉਹ ਇਹ ਕਿ ਪਿਛਲੇ ਦਿਨੀ ਆਪਾਂ ਪ੍ਰਗਟ ਸਿੰਘ ਘਰਾਂ ਦੇ ਮੋਹ ਸੁਖਬੀਰਬਾਲ ਸਾਹਿਬ ਦੀ ਵੀ ਜੇ ਗਿਣਤੀ ਮਿੰਨਤੀ ਜੋੜ ਲਈਏ ਤੇ ਉਹ ਵੀ 25 ਬਣਦੀ ਹੈ 20000 ਕਹਿੰਦੇ ਥਰਮਲ ਪਲਾਂਟਾਂ ਲਈ ਚਾਹੀਦੇ ਸੀ 5000 ਕਰੋੜ ਆਪਾਂ ਨੂੰ ਬਾਕੀ ਤਾਰਾਂ ਤੂਰਾਂ ਕੱਸਣ ਲਈ ਚਾਹੀਦੇ ਸੀ 25 ਬਣ ਗਿਆ ਪਰ ਪੰਜ ਸੱਤਾਂ ਦਾ ਅੱਠਾਂ ਸਾਲਾਂ ਦੇ ਵਿੱਚ ਜਿਹੜਾ 50 ਕਰੋੜ ਤੋਂ ਵੱਧ ਦਾ ਰਕਮ ਕਹਿੰਦੇ ਦੇਤੀ ਤੇ ਆਉਣ ਵਾਲੇ 10 ਸਾਲਾਂ 20 ਸਾਲਾਂ ਦੇ ਵਿੱਚ ਉਹ 2 ਲੱਖ ਕਰੋੜ ਤੋਂ ਉੱਪਰ ਦਾ ਪੈਸਾ ਦੇ ਦੇਣਾ ਇਹ ਹਿਸਾਬ ਤਾਂ ਯਾਰ ਬੰਦਾ ਲਾ ਹੀ ਸਕਦਾ ਨਾ ਤੁਸੀਂ ਇਹ ਦੇਖੋ ਮੰਨ ਲਓ ਜਿੰਨੇ ਦੀ ਆਪਾਂ ਮੱਝ ਖਰੀਦਣ ਲੱਗੇ ਆ ਜੇ ਮੱਝ ਖਰੀਦ ਲਈਏ ਤੇ ਉਹ ਸਸਤੀ ਪੈਂਦੀ ਹੈ ਤੇ ਜੇ ਆਪਾਂ ਇਹ ਆਖੇ ਵੀ ਮੱਝ ਤੂੰ ਆਪਣੀ ਇੱਥੇ ਬੰਨ ਜਾ ਤੇ ਦੁੱਧ ਦੇ ਪੈਸੇ ਤੂੰ ਸਾਡੇ ਕੋਲੋਂ ਲਈ ਜਾ ਤੇ 2 ਲੱਖ ਬਪਾ ਬਾਅਦ ਦੇ ਵੀ ਇਹ ਦੁੱਧ ਹੈੀ ਉਹ ਗੱਲ ਨਹੀਂ ਨਾ ਸਾਹਬਾਈ ਮੈਂ ਤਾਂ ਜਦੋਂ ਇਹ ਗੱਲਾਂ ਕੈਲਕੂਲੇਸ਼ਨ ਸਾਹਮਣੇ ਮੈਂ ਸੋਚਦਾ ਸੀ 31000 ਕਰੋੜ ਦਾ ਕਰਜ਼ਾ ਤੇ ਜਿਹੜਾ ਅਸੀਂ ਲਿਆ ਵੀ ਨਹੀਂ ਸੀ ਉਹੀ ਸਾਡੇ ਸਿਰ ਪੈ ਗਿਆ ਸੀ ਜਿਹੜਾ ਕਿਤੇ ਨਹੀਂ ਲਿਆ ਕਿਤੇ ਨਹੀਂ ਖਰਚਿਆ ਜਾਂਦੇ ਜਾਂਦੇ ਆਖਰੀ ਦਿਨ 31000 ਕਰੋੜ ਸਾਡੇ ਸਿਰ ਪੈ ਗਿਆ ਸੀ ਤੇ ਉਹ 25000 ਕਰੋੜ ਸਾਡੇ ਤੋਂ ਲੱਗਾ ਨਹੀਂ ਤੇ ਲੋਕਾਂ ਦੇ ਹੱਡਾਂ 'ਚੋਂ ਚਰੁੰਡੀ ਜਾਂਦੇ ਬਿੱਲਾਂ ਦੇ ਰੂਪ 'ਚ ਸੰਧਾ ਵਾਲਿਆ ਸਭ ਇੱਕ ਗੱਲ ਬਿਲਕੁਲ ਕਲੀਅਰ ਹੈ ਪੰਜਾਬ ਦੇ ਲੋਕ ਕੰਨ ਖੋਲ ਕੇ ਸੁ ਪੰਜਾਬ ਦੇ ਲੋਕਾਂ ਕਹਿੰਨ ਕੋਲ ਲੀਡਰ ਖੋਲਣ ਦੀ ਨਹੀਂ ਲੀਡਰ ਨਹੀਂ ਹੈ ਕਿ ਲੋਕ ਖੋਲਣ ਅੱਛਾ ਉਹ ਤਾਂ ਖੋਲਣ ਕਿ ਵਿਧਾਨ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਸਾਨੂੰ ਨਹੀਂ ਪਤਾ ਕੇਜਰੀਵਾਲ ਸਹੀ ਆ ਸਿੱਧੂ ਸਹੀ ਆ ਸੁਖਬੀਰ ਸਿੰਘ ਬਾਦਲ ਸਹੀ ਆ ਕਿ ਕੈਪਟਨ ਅਮਰਿੰਦਰ ਸਿੰਘ ਸਾਨੂੰ ਨਹੀਂ ਪਤਾ ਪੰਜਾਬ ਦੇ ਲੋਕਾਂ ਨੇ ਪਿਛਲੀਆਂ 5 6 ਵਿਧਾਨ ਸਭਾ ਦੀਆਂ ਚੋਣਾਂ ਚ ਜਾਂ 10 ਚੋਣਾਂ ਚ ਵੋਟਾਂ ਕਿਹੜੇ ਮੁੱਦੇ ਤੇ ਪਾਈਆਂ ਜੀ ਦਿੱਲੀ ਧੱਕਾ ਕਰਦੀ ਐ ਕੇਂਦਰ ਧੱਕਾ ਕਰਦਾ ਕੇਂਦਰ ਕੁਝ ਨਹੀਂ ਦਿੰਦਾ ਕੇਂਦਰ ਪੱਖਪਾਤ ਕਰਦਾ ਪਰ ਕਰਦਾ ਹੋਊਗਾ ਪਰ ਆ ਜਿਹੜੇ ਪੰਜਾਬ ਦੇ ਲੋਕ ਬਿਜਲੀ ਦੇ ਬਿੱਲ ਦਿੰਦੇ ਵੱਧ ਜਿਹੜੇ ਉਹ ਖੂਨਨ ਦਾ ਚੂਸਿਆ ਜਾ ਰਿਹਾ ਵਿੱਤੀ ਤੌਰ ਤੇ ਉਹਦੇ ਵਿੱਚ ਇੱਕ ਗੱਲ ਕਲੀਅਰ ਹੈ ਕਿ ਉਹਦੇ ਵਿੱਚ ਕੇਂਦਰ ਦਾ ਕੋਈ ਲੈਣਾ ਦੇਣਾ ਨਹੀਂ ਜੇ ਬਿਜਲੀ ਦੇ ਸਮਝੌਤੇ ਗਲਤ ਹੋਏ ਆ ਉਹ ਪੰਜਾਬ ਦੇ ਲੀਡਰਾਂ ਨੇ ਕੰਪਨੀਆਂ ਨਾਲ ਕੀਤੇ ਹੋਣਗੇ ਜੇ ਸਮਝੌਤੇ ਠੀਕ ਹੋਏ ਆ ਪਰ ਉਹਨਾਂ ਨੂੰ ਰੱਦ ਜਾਂ ਸੋਧਿਆ ਜਾ ਸਕਦਾ ਸੀ ਉਹਨੂੰ ਜੇ ਰੱਦ ਨਹੀਂ ਕੀਤਾ ਜਾਂ ਸੋਧਿਆ ਨਹੀਂ ਮੌਜੂਦਾ ਹਾਲਾਤਾਂ ਨਾਲ ਉਹ ਪੰਜਾਬ ਦੇ ਲੀਡਰਾਂ ਨੇ ਨਹੀਂ ਸੋਧਿਆ ਕੇਂਦਰ ਦਾ ਲੈਣਾ ਦੇਣਾ ਕੋਈ ਨਹੀਂ ਜੇ ਕੂਲੇ ਦੀ ਗੱਲ ਹੈ ਕਿ ਪਾਈ ਤੁਹਾਈ ਦੇ ਪੈਸੇ ਕੰਪਨੀ ਨੇ ਦੇਣੇ ਕਿ ਪੰਜਾਬ ਸਰਕਾਰ ਨੇ ਲੋਕਾਂ ਦੇ ਟੈਕਸ ਦੇ ਪੈਸੇ ਚੋਂ ਦੇਣੇ। ਉੱਚ ਕੇਂਦਰ ਦਾ ਕੋਈ ਲੈਣਾ ਦੇਣਾ ਨਹੀਂ। ਸਾਡਾ ਆਪਣਾ ਪੰਜਾਬ ਸੂਬੇ ਦੇ ਲੀਡਰਾਂ ਦਾ ਲੈਣਾ ਦੇਣਾ। ਜੇ ਵਾਈਟ ਪੇਪਰ ਆ ਸਕਦਾ ਨਹੀਂ ਆਇਆ। ਜੇ ਸਰਕਾਰੀ ਥਰਮਲ ਲਾਉਣ ਦੀ ਜਗ੍ਹਾ ਪ੍ਰਾਈਵੇਟ ਕੰਪਨੀਆਂ ਨਾਲ ਸਮਝੌਤੇ ਕੀਤੇ ਜਾਂ ਮੁੜ ਕੇ ਕੈਪਟਨ ਸਾਹਿਬ ਨੇ ਵੀ ਲਾਏ ਨਹੀਂ। ਉਹ ਪੰਜਾਬ ਦੇ ਲੀਡਰਾਂ ਦਾ ਲੈਣਾ ਦੇਣਾ ਜੇ ਅਜੇ ਵੀ ਕੋਈ ਲੀਡਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆ ਕੇ ਲੋਕਾਂ ਨੂੰ ਕਹੇ ਇਹ ਤਾਂ ਜੀ ਦਿੱਲੀ ਵਾਲੇ ਐ ਕਰਦੇ ਐ। ਬਿਜਲੀ ਦੇ ਬਿੱਲਾਂ ਦੇ ਮੁੱਦੇ ਦੇ ਉੱਤੇ ਜੇ ਕਸੂਰਵਾਰਾ ਤੋਂ ਪੰਜਾਬ ਦੇ ਲੀਡਰ ਨੇ ਉਹਨਾਂ ਚੋਂ ਕਿਹੜਾ ਲੀਡਰ ਕਸੂਰਵਾਰ ਹੈ ਪੰਜਾਬ ਦੇ ਲੋਕਾਂ ਨੇ ਆਪ ਲੱਭਣਾ ਪਹਿਲਾਂ ਮੈਂ ਕਮੈਂਟ ਕਰ ਲਾਂ ਇੱਕ ਆ ਜਾਓ ਇਹ ਬਾਦਲ ਬੀਜੇਪੀ ਵਾਲਿਆਂ ਨਾਲ ਰਲ ਗਿਆ ਨਹੀਂ ਸੌਰੀ ਬਾਠ ਅੱਛਾ ਮੈਂ ਗਲਤ ਕਰ ਲਾਂਗਾ ਦੁਬਾਰਾ ਮਿਟਾ ਕੇ ਬਾਦਲ ਦੀ ਜਗ੍ਹਾ ਤੇ ਬਾਠ ਬੀਜੇਪੀ ਵਾਲਿਆਂ ਨਾਲ ਰਲ ਗਿਆ ਇਹ ਉਹਨਾਂ ਦੀ ਬੋਲੀ ਬੋਲਦਾ ਆਈਓ ਕਹਿੰਦਾ ਦਿੱਲੀ ਨੇ ਧੱਕਾ ਨਹੀਂ ਕੀਤਾ ਚੱਕਰ ਪਤਾ ਕੀ ਹੈ ਬਾਠ ਸਾਹਿਬ ਦੱਸੋ ਗੱਲ ਤੁਹਾਡੀ ਬਿਲਕੁਲ ਸਹੀ ਹੈ ਪਰ ਮੁਸ਼ਕਲ ਇਹ ਹੈ ਵੀ ਇਹਦੇ ਚ ਨਾ ਆਮ ਲੋਕਾਂ ਵਿਚਾਰਾਂ ਦਾ ਕੋਈ ਕਸੂਰ ਨਹੀਂ ਹੂੰ ਹੂੰ ਸਾਨੂੰ ਪਤਾ ਕਿੱਥੇ ਲੱਗਣ ਦਿੰਦੇ ਆ ਜਿੱਦ ਦਿਨ ਸਮਝਾਉਂਦੇ ਹੋਏ ਕਿ ਮੋਇਆਂ ਨੂੰ ਪਤਾ ਸੀ ਵੀ ਅੱਜ ਬੀਲੀ ਵਾਲੇ ਸਮਝਾਉਤੇ ਹੋ ਜਾਣੇ ਜਾਂ ਕਿਸੇ ਨੂੰ ਪਤਾ ਸੀ ਵੀ ਹਾਂ ਯਾਰ ਪਹਿਲਾਂ ਤਾਂ ਰੇਤ ਉਦਾਂ ਹੀ ਚੁੱਕੀ ਚੱਕੀ ਜਾਂਦੇ ਹੁੰਦੇ ਸੀ ਹੁਣ ਕੀ ਹੋ ਗਿਆ ਅਜੇ ਕੱਲ ਆਪਾਂ ਗੱਲ ਕਰਕੇ ਡੇ ਵੀ ਰਾਜਾ ਵੜਿੰਗ ਸਾਹਿਬ ਨੇ ਖੁਦ ਦੱਸਿਆ ਵੀ ਜਦੋਂ ਕੋਠੀ ਪਾਈ ਉਦੋਂ ਕੋਈ ਰੌਲੇ ਵਾਲੀ ਗੱਲ ਹੈ ਨਹੀਂ ਸੀ ਹੈਨਾ ਪਰ ਇਹ ਸਾਰੇ ਕੁਝ ਦੇ ਵਿੱਚ ਉਹਨਾਂ ਮੰਨਿਆ ਵੀ ਭਾਈ ਸਾਹਿਬ ਹੁਣ ਕੀ ਹੋ ਗਿਆ ਇਹਦਾ ਮਤਲਬ ਇਹ ਹੋ ਗਿਆ ਵੀ ਉਦੋਂ ਲੋਕਾਂ ਦਾ ਧਿਆਨ ਦਿੱਲੀ ਵਾਲੇ ਪਾਸੇ ਕਰ ਛੱਡਿਆ ਵੀ ਐ ਹੋ ਗਿਆ ਐ ਹੋ ਗਿਆ ਐ ਹੋ ਗਿਆ ਲੋਕ ਵਿਚਾਰੇ इमोਸ਼ਨਲੀ ਡਰਾਈਵ ਹੋ ਕੇ ਉਧਰ ਨੂੰ ਤੁਰੇ ਰਹੇ ਪਰ ਅੰਦਰ ਖਾ ਸੋਤ ਰਸਾ ਦਾ ਸਿਰੇ ਤੇ ਗੰਢ ਥੋੜੀ ਜੀ ਉਰੇ ਮਿਉ ਸਿਰੇ ਤੋਂ ਕੇਵਲ ਖੁੱਲ ਜਾਂਦੀ ਉਹਦਰ ਮੁੜ ਕੇ ਨਹੀਂ ਕਿਤੇ ਅੱਗ ਲਾ ਕੇ ਮੜਾ ਮੜਾ ਪਾਇਆ ਕਰ ਮਾਈਲਨਜੇ ਦੀ ਰਸਤੀ ਨਹੀਂ ਹੁੰਦੀ ਹੁਣ ਕਰਨਾ ਕੀ ਹੈ ਮੈਂ ਕਹਿੰਨਾ ਕਿ ਅਕਾਲੀ ਦਲ ਦੇ ਵਰਕਰ ਜਦੋਂ ਵੀ ਕਦੇ ਆਪਣੀ ਪਾਰਟੀ ਦੇ ਬੰਦੇ ਦੀ ਸਿਫਤ ਕਰਨ ਉਹ ਕੈਪਟਨ ਮਨਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਤੇ ਕੇਜਰੀਵਾਲ ਦਾ ਉਸ ਮੁੱਦੇ ਤੇ ਜਰੂਰ ਪਹਿਲਾਂ ਸੁਣਨ ਜੀ ਜੇ ਕਾਂਗਰਸੀਆਂ ਨੇ ਸਿਫਤ ਕਰਨੀਆਂ ਤਾਂ ਸੁਖਵੀਰ ਸਿੰਘ ਬਾਦਲ ਨੂੰ ਜਰੂਰ ਸੁਣਨ ਜੇ ਸਿੱਧੂ ਸਾਹਿਬ ਦੇ ਸਮਰਥਕਾਂ ਨੇ ਜਾਂ ਕੇਜਰੀਵਾਲ ਸਾਹਿਬ ਦੇ ਸਮਰਥਕਾਂ ਨੇ ਗੱਲ ਕਰਨੀ ਆ ਤਾਂ ਬਾਕੀਆਂ ਦੀ ਸੁਣਨ ਕਿਉਂਕਿ ਅਸੀਂ ਆਪਣੇ ਲੀਡਰ ਦੀ ਗੱਲ ਸੁਣ ਕੇ ਆਪਣੇ ਬੰਦੇ ਦੀ ਪਿੱਠ ਥਾਪੜੀ ਜਾਂਦੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਦੂਜਿਆਂ ਨੇ ਸਾਡੇ ਤੇ ਇਲਜ਼ਾਮ ਕੀ ਲਾਏ ਆ ਜਿਹੜਾ ਵੀ ਦੂਸਰੀ ਪਾਰਟੀ ਦਾ ਲੀਡਰ ਆਪਣੀ ਪਾਰਟੀ ਦੇ ਲੀਡਰ ਤੇ ਇਲਜ਼ਾਮ ਲਾਉਂਦਾ ਪਹਿਲਾਂ ਆਪਣੇ ਵਰਕਰ ਆਪਣੇ ਲੀਡਰ ਨੂੰ ਪੁੱਛਣ ਕਿ ਭਾਈ ਆਹ ਇਲਜ਼ਾਮ ਲੱਗਦੇ ਆ ਸਾਨੂੰ ਸਪਸ਼ਟ ਕਰ ਲੋਕਾਂ ਨੇ ਸਾਨੂੰ ਪੁੱਛਣਾ ਅਸੀਂ ਦੱਸਣਾ ਜਿਹੜੀ ਗੱਲ ਤੁਸੀਂ ਕਰਦੇ ਹੋ ਨਾ ਕਿ ਲੋਕਾਂ ਨੂੰ ਪਤਾ ਨਹੀਂ ਲੱਗਣਾ ਆਪਣੇ ਆਪ ਹੀ ਪਤਾ ਲੱਗ ਜੂਗਾ ਪਹਿਲਾਂ ਦੂਸਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਸੁਣਨਾ ਸ਼ੁਰੂ ਕਰੀਏ ਉਹਨਾਂ ਦੇ ਸਵਾਲਾਂ ਦੇ ਜਵਾਬ ਆਪਣੀ ਪਾਰਟੀ ਦੇ ਲੀਡਰ ਤੋਂ ਲਈਏ ਵਿਧਾਨ ਸਭਾ ਦੀਆਂ ਚੋਣਾਂ 'ਚ ਠੀਕ ਭਾਸ਼ਾ 'ਚ ਵਧੀਆ ਸ਼ਬਦਾਵਲੀ ਸੀ ਚਲੋ ਜੀ ਇਹ ਤਾਂ ਹੁਣ ਸਮਾਂ ਦੱਸੂਗਾ ਵੀ ਲੋਕ ਪੁੱਛਦੇ ਕਿ ਨਹੀਂ ਪੁੱਛਦੇ ਪਰ ਕੁੱਲ ਮਿਲਾ ਕੇ ਇੰਨਾ ਜ਼ਰੂਰ ਹੋ ਗਿਆ ਵੀ ਹੁਣ ਸਾਰੇ ਬੰਦੇ ਮੈਦਾਨ 'ਚ ਆ ਗਏ ਉਹ ਕਹਿੰਦਾ ਮੈਂ ਸੱਚਾ ਉਹ ਕਹਿੰਦਾ ਮੈਂ ਸੱਚਾ ਪਰ ਪਿਛਲੇ ਦਿਨੀ ਇੱਕ ਭਾਜਪਾ ਦੇ ਲੀਡਰ ਮੈਦਾਨ 'ਚ ਆਏ ਸੀ ਜੀ ਜੋਸ਼ੀ ਸਾਹਿਬ ਆਹ ਉਹਨਾਂ ਦੇ ਖਿਲਾਫ ਹੁਣ ਕਾਰਨ ਦੱਸੋ ਨੋਟਿਸ ਜਿਹੜਾ ਉਹ ਮੈਦਾਨ 'ਚ ਆ ਗਿਆ ਹੁਣ ਅਸ਼ੁਨੀ ਸ਼ਰਮਾ ਹੋਰ ਉਹਨਾਂ ਨੇ ਕਿਹਾ ਭਾਈ ਸਭ ਉਹ ਕਹਿੰਦੇ ਵੀ ਇਦਾਂ ਕਿਦਾਂ ਮਾਰਿਆ ਕਦੀ ਇੱਥੇ ਬਿਆਨ ਦੇ ਉੱਥੇ ਬਿਆਨ ਤੁਸੀਂ ਦਾ ਪਾਰਟੀ ਦਾ ਕਰਤਾ ਨੁਕਸਾਨ ਇਦਾਂ ਕਿਦਾਂ ਇਹ ਕਾਰਨ ਦੱਸੋ ਵੀ ਇਹ ਚੱਕਰ ਕੀ ਐਡਾ 헤ਜ ਤੁਹਾਨੂੰ ਕਿਉਂ ਜਾ ਗਿਆ ਕਿਸਾਨਾਂ ਦਾ 48 ਘੰਟੇ ਦਿੱਤੇ ਕਿ 48 ਘੰਟਿਆਂ ਦੇ ਵਿੱਚ ਵਿੱਚ ਜੋਸ਼ੀ ਸਾਹਿਬ ਲਿਖਤੀ ਜਵਾਬ ਦਿਓ ਜਵਾਬ ਦਿਓ ਤੇ ਕਹਿੰਦੇ ਗਲਤੀ ਯਾਨੀ ਇਹ ਨੋਟਿਸ ਨਹੀਂ ਭੇਜਿਆ ਪ੍ਰੈਸ ਨੂੰ ਵੀ ਦੱਸਿਆ ਇਹਦਾ ਮਤਲਬ ਕੀ ਹੈ ਅਨਿਲ ਜੋਸ਼ੀ ਸਾਹਿਬ ਤੋਂ ਬਾਅਦ ਕੇੜੀ ਭੰਡਾਰੀ ਕੇੜੀ ਭੰਡਾਰੀ ਸਾਹਿਬ ਤੋਂ ਬਾਅਦ ਮਾਸਟਰ ਮੋਹਨ ਲਾਲ ਓਰੀ ਉਨਾ ਤੋਂ ਬਾਅਦ ਕਈ ਭਾਜਪਾ ਦੇ ਲੀਡਰ ਹੋਰ ਬੋਲੇ ਸੀ ਦੇਖੋ ਜੀ ਪੰਜਾਬ ਚ ਰਹਿਣਾ ਹੈ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੀ ਗੱਲ ਸਾਡੀ ਪਾਰਟੀ ਨੂੰ ਸੁਣਨੀ ਚਾਹੀਦੀ ਹੈ ਅਸੀਂ ਗੱਲ ਉੱਪਰ ਤੱਕ ਲੈ ਕੇ ਜਾ ਰਹੇ ਹਾਂ ਉਹ ਸਾਰੀਆਂ ਗੱਲਾਂ ਕਹੀਆਂ ਨੋਟਿਸ ਦੇਣਾ ਵੱਖਰੀ ਗੱਲ ਸੀ 48 ਘੰਟੇ ਚੁੱਪ ਵੀ ਰਿਹਾ ਜਾ ਸਕਦਾ ਸੀ ਪਰ ਨਹੀਂ ਉਹਨੂੰ ਜਨਤਕ ਕੀਤਾ ਤੇ ਉਹਦਾ ਮਤਲਬ ਇਹ ਆ ਕਿ ਭਾਈ ਹੋਰ ਸਾਡੀ ਪਾਰਟੀ ਦਾ ਜੇ ਕੋਈ ਬੰਦਾ ਬੋਲਿਆ ਤਾਂ ਦੇਖਿਓ ਜੇ ਅਸੀਂ ਅਨਿਲ ਜੋਸ਼ੀ ਸਾਹਿਬ ਦਾ ਮੰਤਰੀ ਨੂੰ ਨੋਟਿਸ ਦੇ ਸਕਦੇ ਹਾਂ ਤਾਂ ਫਿਰ ਤੁਹਾਨੂੰ ਵੀ ਦੇ ਸਕਦੇ ਹਾਂ ਉਹਦੇ ਵਿੱਚ ਕਿਹਾ ਕੀ ਕਹਿੰਦੇ ਇੱਕ ਵਾਰੀ ਨਹੀਂ ਇੱਕ ਤੋਂ ਵੱਧ ਵਾਰੀ ਪਾਰਟੀ ਦੇ ਸਟੈਂਡ ਤੋਂ ਉਲਟਾ ਜਨਤਕ ਤੌਰ ਤੇ ਆਲੋਚਨਾ ਕੀਤੀ ਹੈ ਤੇ ਉਹਨਾਂ ਨੂੰ ਦੱਸਣਾ ਪਊਗਾ ਪਾਰਟੀ ਦੇ ਵਿੱਚ ਅਨੁਸ਼ਾਸਨਹੀਣਤਾ ਦੇ ਲਈ ਕੋਈ ਥਾਂ ਨਹੀਂ ਪਰ ਇੱਕ ਸਵਾਲ ਸੀ ਜੀ ਮੰਨ ਲਓ ਆਪਾਂ ਪਾਰਟੀ ਜਿਹੜੀ ਹੈ ਉਹਦਾ ਸਟੈਂਡ ਹੀ ਬਦਲੀ ਮੰਨ ਲਓ ਇਹ ਸਾਈਕਲ ਆ ਹੁਣ ਨਹੀਂ ਖੜਦਾ ਤੇ ਆਪਾਂ ਕੋਸ਼ਿਸ਼ ਕਰੀ ਦੀ ਵੀ ਯਾਰ ਨਵਾਂ ਪਵਾਲੀ ਇਹ ਸਟੈਂਡ ਹੁਣ ਜੇ ਦੱਸਣ ਦੇ ਆਪੀ ਇਹ ਸਟੈਂਡ ਦੇ ਨਾਲ ਪੋਲੀਟੀਕਲ ਪਾਰਟੀ ਜਿਹੜੀ ਭਾਜੀਪੀ ਹੈ ਉਹ ਪੰਜਾਬ 'ਚ ਨਹੀਂ ਖੜ ਰਹੀ ਤੇ ਆਪਾਂ ਜਿਹੜਾ ਬੰਦਾ ਕਹਿੰਦਾ ਵੀਰ ਜੀ ਇਹ ਗਲਤ ਜੀ ਇਹ ਸੱਟ ਲਵਾਉ ਕਿਤੇ ਆਪਾਂ ਬਦਲ ਲਈਏ ਸਟੈਂਡ ਆਪਣਾ ਉਹਨੂੰ ਆਖਣੇ ਤਦਾਂ ਕਿਦਾਂ ਥੋਡੀ ਉਮਰ ਦੇ ਬਹੁਤ سارے ਲੋਕਾਂ ਨੇ ਜਦੋਂ ਛੋਟੇ ਹੁੰਦੇ ਸੀ ਪੰਜਵੀਂ ਚ ਪੜਦੇ ਸੱਤਵੀਂ ਚ ਪੜਦੇ ਨੌਵੀਂ ਤੱਕ ਪੜਦੇ ਬੜੀ ਕੁੱਟ ਖਾਧੀ ਥੋਡੀ ਉਮਰ ਦੇ ਦੀ ਗੱਲ ਕਰਦਾ ਨਹੀਂ ਮੈਂ ਸਮਝਾ ਮੈਂ ਕਾਰਨ ਦੱਸਣ ਲੱਗਾ ਕਿ ਮੈਂ ਤੇ ਮੰਨਦਾ ਵੀ ਖਾਧੀ ਉਹਦਾ ਕਾਰਨ ਪਤਾ ਕੀ ਹੈ ਸਟੈਂਡ ਜਿੰਨੇ ਮਰਜ਼ੀ ਬਦਲ ਲਓ ਜਦ ਸਟੈਂਡ ਲਾ ਕੇ ਪਿਛਲੀ ਸੀਟ ਤੇ ਬਹਿ ਕੇ ਉਹਨੂੰ ਐਂ ਚਲਾਉਣਾ ਸਟੈਂਡ ਤੇ ਲਾ ਕੇ ਮਗਰੋਂ ਆਕੇ ਤੈਨੂੰ ਕਿੰਨੀ ਵਾਰੀ ਕਹਿੰਦਾ ਟੁੱਟ ਜਾਣਾ ਹੀ ਨਹੀਂ ਉਹਨੇ ਤਾਂ ਕੀ ਟੁੱਟਣਾ ਜਿਹੜੀ ਪੈਂਟ ਪਾਟਨ ਦਾ ਰੌਲਾ ਹੋਇਆ ਬਕਰ ਜਿਹੜੀ ਉਹ ਹੁੰਦਾ ਹੀ ਸੀ ਕਿ ਪਾਈ ਜੇ ਸਟੈਂਡ ਲਾ ਕੇ ਪਿਛਲੀ ਸੀਟ ਤੇ ਬਹਿ ਕੇ ਜਾਂ ਮੂਰਲੀ ਦੇ ਬਹਿ ਕੇ ਵੀ ਜਦੋਂ ਐ ਪੈਡਲ ਫੇ ਪੂਰੀ ਸਪੀਡ ਤੇ ਪਿੱਛੇ ਬ੍ਰੇਕ ਹਾਂ ਉਹਦਾ ਮਤਲਬ ਹੁੰਦਾ ਹੌਲੀ ਹੌਲੀ ਸਟੈਂਡ ਵਿਚਾਰਾ ਗਾ ਨੂੰ ਹੋਣਾ ਪੈਂਦਾ ਸੀ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਚਾਹੀਦਾ ਕਿ ਭਾਈ ਨਰੋਆ ਸਟੈਂਡ ਲਵਾਓ ਸੀਟ ਤੇ ਨਾ ਬੈਠਣ ਦਾ ਸਟੈਂਡ ਲਾ ਕੇ ਨਹੀਂ ਪਰ ਮੈਨੂੰ ਐਂ ਲੱਗਦਾ ਨਹੀਂ ਤਾਂ ਸਾਈਡ ਵਾਲਾ ਮੈਨੂੰ ਠੀਕ ਹੈ ਗੱਲ ਉਹਨਾਂ ਨੇ ਮੈਨੂੰ ਲੱਗਦਾ ਵੀ ਹੁਣ ਸਟੈਂਡ ਇਹੀ ਰੱਖਣਾ ਚੰਗਾ ਮਾੜਾ ਜੋ ਮਰਜ਼ੀ ਉਹ ਕਹਿੰਦੇ ਇਹਨੂੰ ਰੰਗ ਕਰ ਲੋ ਸਾਈਕਲ ਖਲੋਂਦਾ ਨਾ ਖਲੋਵੇ ਸਟੈਂਡ ਨਹੀਂ ਬਦਲਣਾ ਪਰ ਇਹਦੇ ਨਾਲ ਨਾਲ ਮੈਨੂੰ ਲੱਗਦਾ ਵੀ ਹੁਣ ਉਹ ਸਹਾਰਾ ਲੱਭਣ ਲੱਗ ਪਏ ਕਿਉਂਕਿ ਰਾਜਪਾਲ ਸਾਹਿਬ ਤੱਕ ਵੀ ਪਹੁੰਚ ਕੀਤੀ ਹੈ ਨਾ ਵੀ ਦੇਖੋ ਜੀ ਇਦਾਂ ਕਿਦਾਂ ਸਾਡਾ ਤੇ ਵਿਰੋਧ ਬੜਾ ਹੋ ਰਿਹਾ ਜੀ ਜੋ ਕੁਝ ਵੀ ਚੱਲ ਰਿਹਾ ਹੈ ਦੇ ਵਿੱਚ ਕਿੰਨੇ ਕਿਤੇ ਰਾਜਨੀਤੀ ਹੈ ਦੇਖੋ ਉਹਦੇ ਵਿੱਚ ਭਾਜਪਾ ਦੇ ਤਕਰੀਬਨ ਸਾਰੇ ਸਟੇਟ ਦੇ ਲੀਡਰ ਗਏ ਆ ਤੇ ਜਾ ਕੇ ਉਹਨਾਂ ਨੇ ਕਿਹਾ ਕਿ ਕਹਿੰਦੇ ਪੰਜਾਬ ਚਮਨਖਨੂ ਦੀ ਸਥਿਤੀ ਠੀਕ ਨਹੀਂ ਹੈ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਉਹ ਕਹਿੰਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਅਸ਼ਵਨੀ ਸ਼ਰਮਾ ਸੂਬੇ ਦੇ ਪ੍ਰਧਾਨ ਇਹਦੇ ਤੋਂ ਇਲਾਵਾ ਤੀਖਣ ਸੂਦ ਸਾਬਕਾ ਮੰਤਰੀ ਹਸ਼ਰਪੁਰ ਵਾਲੇ ਇਹਦੇ ਨਾਲ-ਨਾਲ ਮਨਰੰਜਨ ਕਾਲੀਆ ਸਾਹਿਬ ਫਿਰ ਉਹਨਾਂ ਨੇ ਉਹ ਮਲੂਟ ਵਾਲੀ ਉਦਾਹਰਨ ਦੇਣੀ ਸੀ ਆਪਣੇ ਨਾਰਿੰਗ ਸਾਹਿਬ ਦੀ ਐਮਐਲਏ ਸਾਹਿਬ ਦੀ ਸਾਰਿਆਂ ਦੀ ਗੱਲ ਦੱਸੀ ਕਹਿੰਦੇ ਜੀ ਆਹ ਦੇਖੋ ਇੰਨੀ ਇੰਨੀ ਵਾਰੀ ਕਿਸਾਨਾਂ ਦੇ ਨਾਂ ਤੇ ਪੁਲਿਸ ਅਫਸਰਾਂ ਦੀ ਹਾਜ਼ਰੀ ਦੇ ਵਿੱਚ ਹਮਲੇ ਹੋਏ ਸਾਡੀ ਪ੍ਰਾਪਰਟੀ ਦਾ ਨੁਕਸਾਨ ਹੋਇਆ ਸਾਡੇ ਘਰਾਂ ਦੇ ਮੂਰੇ ਧਰਨੇ ਲੱਗੇ ਘਰੋਂ ਨਿਕਲਣਾ ਔਖਾ ਹੋਇਆ ਪਿਆ ਅਸੀਂ ਕਈ ਵਾਰੀ ਸ਼ਿਕਾਇਤਾਂ ਦਿੱਤੀਆਂ ਪਰ ਅੱਜ ਤੱਕ ਇੱਕ ਵੀ ਸ਼ਿਕਾਇਤ ਦੇ ਉੱਤੇ ਕਾਰਵਾਈ ਨਹੀਂ ਹੋਈ ਰਾਜਪਾਲ ਸਾਹਿਬ ਮੁੱਖ ਮੰਤਰੀ ਤਾਂ ਨਹੀਂ ਸੁਣਦੇ ਗ੍ਰਹਿ ਭਾਗ ਵੀ ਉਹਨਾਂ ਕੋਲ ਤੁਸੀਂ ਸਿੱਧੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਹੁਕਮ ਦਿਓ ਕਿ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਕਾਨੂੰਨ ਤੋਂ ਬਾਹਰ ਹੋ ਕੇ ਕੀ ਕੀਤਾ ਜਾ ਰਿਹਾ ਹੁਣ ਸੰਧਾਲੀਆ ਸਾਹਿਬ ਦੇਖੋ ਕੈਪਟਨ ਸਾਹਿਬ ਦਿੱਲੀ ਨੇ ਇਲੈਕਸ਼ਨ ਹੋਣ ਵਾਲੀ ਹੈ ਉਹਦੇ ਤੋਂ ਪਹਿਲਾਂ ਜਦੋਂ ਇੰਨੀਆਂ ਸਾਰੀਆਂ ਵੀਡੀਓਜ਼ ਵੀ ਲੈ ਕੇ ਗਏ ਫੋਟੋ ਵੀ ਲੈ ਕੇ ਗਏ ਰਾਜਪਾਲ ਸਾਹਿਬ ਨੂੰ ਦੇਣਗੇ ਜੇਤਾ ਰਾਜਪਾਲ ਸਾਹਿਬ ਠੀਕ ਠਾਕ ਤਰੀਕੇ ਦੇ ਨਾਲ ਹਰ ਇੱਕ ਫਾਈਲ ਰੱਖ ਕੇ ਅਲਮਾਰੀ ਜਿੰਦਾ ਲਾ ਦੇਣਗੇ ਜਿੱਦਾਂ ਉਹ ਸੋਧ ਕਾਨੂੰਨ ਸੀਗੇ ਫਿਰ ਤਾਂ ਠੀਕ ਹੈ ਪਰ ਜੇ ਕਿਤੇ ਪੱਛਮੀ ਬੰਗਾਲ ਵਾਲੇ ਰਾਜਪਾਲ ਸਾਹਿਬ ਨੂੰ ਹੋਏ ਤਾਂ ਮੈਨੂੰ ਲੱਗਦਾ ਰੈਜਿਸਟਰੀ ਦੇ ਕੇ ਸ਼ਾਮ ਨੂੰ ਭੇਜ ਦੇਣਾ ਬੰਦਾ ਕੋਈ ਨਾ ਕੋਈ ਦਿੱਲੀ ਨੂੰ ਨਹੀਂ ਪਰ ਮੈਨੂੰ ਇਹਦਾ ਚੈਂਗਲ ਹੀ ਘੂਰ ਲੱਗਦਾ ਮੈਨੂੰ ਇਹ ਐਂਗਲ ਲੱਗਦਾ ਵੀ ਹੋ ਸਕਦਾ ਵੀ ਹੁਣ ਤੱਕ ਜੋ ਕੁਝ ਵੀ ਘਟਨਾਵਾਂ ਚੱਲਦੀਆਂ ਹੋਣ ਮੈਂ ਅੱਗੇ ਵੀ ਕਹਿ ਰਿਹਾ ਸ਼ਬਦ ਵਰਤਿਆ ਕੇਸਰ ਉਹ ਕੇਸਰ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਕੋਲ ਅੱਛਾ ਇਦਨ ਹੋ ਗਈ ਉਹ ਲੈ ਆਓ ਵੀਡੀਓ ਲੈ ਆਓ ਫੋਟੋ ਲਿਸਟ ਮਾਈਨ ਬਣਾ ਕੇ ਲੈ ਆ ਉਹ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਆਪੋ ਉਹਦੇ ਚ ਪੈਂਦੇ ਨਹੀਂ ਹੁਣ ਜਦੋਂ ਇੱਕ ਸ਼ਬਦ ਵਰਤਿਆ ਜਾਂਦਾ ਅਮਨ ਕਾਨੂੰਨ ਦੀ ਸਥਿਤੀ ਆਪਾਂ ਨੂੰ ਇਹ ਪਤਾ ਵੀ ਅਮਨ ਕਾਨੂੰਨ ਦੀ ਸਥਿਤੀ ਸ਼ਬਦ ਇੱਕ ਐਸਾ ਸ਼ਬਦ ਹੈ ਵੀ ਜੇ ਚੁਣੇ ਹੋਏ ਨੁਮਾਇंदे ਜਾ ਕੇ ਰਾਜਪਾਲ ਨੂੰ ਕਹਿੰਦੇ ਵੀ ਮਹਾਰਾਜ ਮਾਹੌਲ ਠੀਕ ਨਹੀਂ ਤੇ ਰਾਜਪਾਲ ਸਾਹਿਬ ਹੌਲੀ ਹੌਲੀ ਫਤਾਰ ਉੱਪਰੋਂ ਜੋੜ ਕੇ ਪੁੱਛ ਕੇ ਤੇ ਫਿਰ ਉਹਨਾਂ ਕੋਲ ਜਿਹੜਾ ਕਾਗਜ਼ ਹੈ ਉਹਦੇ ਤੇ ਹਰੀ ਪੈਨ ਨਾਲ ਘੂਗੀ ਮਾਰ ਸਕਦੇ ਆ ਵੀ ਇਹ ਫਿਰ ਸਰਕਾਰ ਨਹੀਂ ਹੈ ਜੀ ਕੰਮ ਦੀ ਇਨੂੰ ਲਾਂਬੇ ਕਰਦੇ ਕਿਉਂਕਿ ਇਹਨਾਂ ਕੋਲ ਅਮਨ ਕਾਨੂੰਨ ਦੀ ਸਥਿਤੀ ਕਾਬੂ ਨਹੀਂ ਹੋ ਰਹੀ ਇਹ ਕਿਤੇ ਉਸ ਪਾਸੇ ਨੂੰ ਜਾਣ ਵਾਲੀ ਕਹਾਣੀ ਤੈਨੂੰ ਹੋ ਸਕਦੀ ਨਹੀਂ ਬਿਲਕੁਲ ਹੋ ਸਕਦੀ ਹੈ ਹੋਰ ਨਹੀਂ ਕੁਝ ਤਾਂ ਘੱਟੋ ਘੱਟ ਕੇਂਦਰ ਸਰਕਾਰ ਸੂਬਾ ਸਰਕਾਰ ਤੋਂ ਰਿਪੋਰਟ ਮੰਗ ਲਵੇ ਕਿ ਭਾਈ ਦੱਸੋ ਸਾਨੂੰ ਇਦਾਂ ਦੀਆਂ ਸ਼ਿਕਾਇਤਾਂ ਮਿਲੀਆਂ ਸਬੂਤ ਨਾ ਮਿਲੇ ਅਮਨ ਕਾਨੂੰਨ ਦੀ ਸਥਿਤੀ ਦੀ ਰਿਪੋਰਟ ਦਿਓ ਹੋ ਸਕਦਾ ਹੈ ਕਿ ਕਦੀ ਟੀਮ ਕੇਂਦਰ ਤੋਂ ਭੇਜਣ ਪੱਛਮੀ ਬੰਗਾਲ ਚ ਗਈ ਸੀ ਤਿੰਨ ਮੰਤਰੀ ਗਏ ਸੀ ਉੱਪਰੋਂ ਟੀਮ ਆਜਵੇ ਵਿਧਾਨ ਸਭਾ ਦੀਆਂ ਚੋਣਾਂ ਤੇ ਇੱਥੇ ਵੀ ਹੈ ਤੇ ਟੀਮ ਆ ਕੇ ਕੀ ਆਖੇ ਕਿ ਦੱਸੋ ਜੀ ਕਿਹਨਾਂ ਦੇ ਨਾਲ ਹੋਇਆ ਭਾਰਤੀ ਜਨਤਾ ਪਾਰਟੀ ਦੇ ਵਰਕਰ ਤਾਂ ਫਿਰ ਜਿਹੜਾ 100 ਕੰਦੇ ਦੇ ਘਰ ਦੇ ਮੂਰੇ ਧਰਨਾ ਲੱਗਾ ਉਹ ਵੀ ਦੱਸਣਗੇ ਜਿਹਨਾਂ ਦੀਆਂ ਗੱਡੀਆਂ ਦੇ ਘਰਾਓ ਹੁੰਦੇ ਆ ਉਹ ਵੀ ਦੱਸਣਗੇ ਤੇ ਉਹਦੇ ਤੋਂ ਬਾਅਦ ਪੰਜਾਬ ਸਰਕਾਰ ਦੀ ਜਵਾਬ ਤਲਬੀ ਵੀ ਹੋਈ ਸਕਦੀ ਹੈ ਨਹੀਂ ਜਵਾਬ ਤਲਬੀ ਵੀ ਹੋ ਸਕਦੀ ਹੈ ਪਰ ਕਾਰਨ ਕੀ ਵੀ ਆ ਨਾ ਹੁਣ ਦੇਖੋ ਇਹਦੇ ਗੱਲ ਕਲੀਅਰ ਆ ਵੀ ਜਿੰਨੀਆਂ ਰਾਂ ਵੀ ਆਪਾਂ ਜਿਸ ਵੀ ਭਾਜਪਾ ਲੀਡਰ ਸਰਵਾਂ ਦੀ ਗੱਲ ਸੁਣਦੇ ਅਗਲੇ ਕਹਿੰਦੇ ਵੀ 117 ਦੀ 117 ਸੀਟਾਂ ਜਿੱਤਣੀਆਂ ਪੱਕੀਆਂ ਹੁਣ ਜੇ ਇਲੈਕਸ਼ਨ ਹੁੰਦੀ ਹੈ ਤੇ ਉਹਨਾਂ ਨੂੰ ਪਤਾ ਵੀ ਆਪਣੇ ਕੋਲ ਨਹੀਂ ਜਿੱਤਣ ਜਾਣੇ ਕਿਉਂਕਿ 117 ਬੰਦੇ ਵੀ ਨਹੀਂ ਲੱਭਣੇ ਉਹਨਾਂ ਨੂੰ ਪਰ ਜਿਹੜਾ ਆ ਵਾਲਾ ਤਰੀਕਾ ਬਾਈਪਾਸ ਆਉ ਉਹਦੇ ਵਿੱਚ 117 ਦੇ 117 ਹਲਕਿਆਂ 'ਚ ਉਹਨਾਂ ਦੀ ਤੂਤੀ ਬੋਲ ਸਕਦੀ। ਨਹੀਂ ਇਹਦੇ ਵਿੱਚ ਜਦੋਂ ਚੱਲਣਾ ਹੀ ਸਾਰਾ ਕੋਈ ਚੰਡੀਗੜ੍ਹੋਂ ਚੰਡੀਗੜ੍ਹੋਂ ਚੱਲਣਾ ਤੇ ਇਦਾਂ ਬਹੁਤ ਵਾਰੀ ਹੁੰਦਾ ਰਿਆ। ਬੀਬੀ ਇੰਦਰਾ ਗਾਂਧੀ ਦੇ ਸਮੇਂ ਵੀ ਹੁੰਦਾ ਸੀ। ਮਤਲਬ ਪੰਜਾਬ ਨੂੰ ਆਦਤ ਪਈ ਹੈ ਕੋਈ ਨਵੀਂ ਚੀਜ਼ ਨਹੀਂ ਹੈ। ਨਵੀਂ ਚੀਜ਼ ਨਹੀਂ ਪੰਜਾਬ ਦੇ ਕਿਉਂਕਿ ਸੰਘਰਸ਼ਾ ਟਾਈਮ ਨਾਲ ਆਪਾਂ ਸੰਘਰਸ਼ ਸ਼ੁਰੂ ਕਰ ਲਿਆ ਵੇਲੇ ਸਰ। ਹਮ ਐਮਰਜੈਂਸੀ ਲੱਗੀ ਸਭ ਤੋਂ ਪਹਿਲਾਂ ਸੰਘਰਸ਼ ਸ਼ੁਰੂ ਕੀਤਾ। ਹੋਰ ਵੀ ਕੋਈ ਕੰਮ ਹੁੰਦਾ ਖੇਤੀਬਾੜੀ ਦੇ ਕਾਨੂੰਨ ਉਹਨਾਂ ਦੇ ਖਲਾਫ ਸੰਘਰਸ਼ ਦੇਖੋ ਕਿੱਥੋਂ ਸ਼ੁਰੂ ਹੋਇਆ ਸੋ ਕੁੱਲ ਵੜਾ ਕੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਯੁਵਾ ਮੋਰਚਾ ਵਾਲੇ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਜਿਹੜੀ ਹੈ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਆ ਕੀਤਾ ਸੀ ਮੁੱਖ ਮੰਤਰੀ ਸਾਹਿਬ ਦੀ ਕੋਠੀ ਵਾਲੇ ਪਾਸੇ ਨੂੰ ਲਿਜਾ ਕੇ ਕਿ ਭਾਈ ਬਿਜਲੀ ਦੇ ਬਿੱਲਾਂ ਦੀ ਦੇਖੋ ਕਿੱਥੇ ਤਾਂ ਹੀ ਦਰ ਵਧੀ ਹੈ ਤੁਸੀਂ ਮੜਾ ਮੋਟਾ ਇਹਨੂੰ ਕਾਬੂ ਕਰੋ ਪਾਣੀ ਦੀਆਂ ਬਿਛਾਰਾਂ ਉਹਨਾਂ ਤੇ ਵੀ ਪਈਆਂ ਸਰਗਰਮੀ ਤਾਂ ਫੜ ਰਹੇ ਨੇ ਰਾਜਪਾਲ ਸਾਹਿਬ ਦੇ ਰਾਹੀਂ ਕੇਂਦਰ ਲੋ ਵੀ ਫੜ ਰਹੇ ਆ ਤੇ ਜ਼ਮੀਨੀ ਪੱਧਰ ਤੇ ਵੀ ਕਿੰਨੀ ਕੁ ਫੜਨ ਦੇ ਵਿੱਚ ਕਾਮਯਾਬ ਹੁੰਦੇ ਆ ਸਮਾਂ ਦੱਸੋ ਨਹੀਂ ਨਹੀਂ ਸਮਾਂ ਦੱਸੋ ਪਰ ਇਹ ਇਹ ਤਾਰ ਇਸ ਪਾਸੋਂ ਜੁੜਦੀ ਹੈ ਮਤਲਬ ਆਪਾਂ ਇਹ ਕਹਿੰਦੇ ਕਿ ਇਹ ਵੇਲੇ ਹੁੰਦਾ ਨਾ ਵੀ ਉਧਰੋਂ ਉਧਰੋਂ ਲੈਂਡ ਪਾਤੀ ਆ ਜੀ ਉਧਰੋਂ ਨਾ ਜੈਂਪਰ ਨਹੀਂ ਜੋੜਿਆ ਕੁਝ ਪਤਾ ਨਹੀਂ ਵੀ ਕਿਹੜਾ ਬੰਦਾ ਕਿਉਂਕਿ ਅੱਜ ਬਿਜਲੀ ਦੀ ਗੱਲਬਾਤ ਚੱਲਦੀ ਹੈ ਤੇ ਉਧਰੋਂ ਕੋਈ ਜੈਂਪਰ ਜੋੜ ਕੇ ਤੇ ਇਧਰ ਵਾਲਾ ਕੋੜਾ ਛੁੱਟ ਦੇਵੇ ਤੇ ਬਾਅਦ ਪਤਾ ਲੱਗੇ ਵੀ ਕਰੰਟ ਇਧਰੋਂ ਨਹੀਂ ਉਧਰੋਂ ਆ ਰਿਹਾ ਹੁਣ ਮੈਨੂੰ ਸੰਧਾਲੀਆ ਸਭ ਇੱਕ ਹੋਰ ਲੱਗਦੀ ਹੈ ਕਿ 24 ਘੰਟਿਆਂ ਦੇ ਵਿੱਚ ਵਿੱਚ ਆਸ ਥੋੜੀ ਹੈ 25 30% ਪਰ ਕਿਉਂਕਿ ਮੋਦੀ ਸਾਹਿਬ ਆਪਣੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਜਾਂ ਵਾਧਾ ਕਰਨ ਜਾ ਰਹੇ ਆ ਬਹੁਤ ਸਾਰੇ 2 ਕੁ ਦਰਜਣ ਥਾਂ ਅਜੇ ਖਾਲੀ ਨੇ ਤੇ ਉਹਨਾਂ ਦਾ ਸਾਰਾ ਧਿਆਨ ਇਸ ਗੱਲ ਦੇ ਵਿੱਚ ਲੱਗਾ ਪਛਮੀ ਬੰਗਾਲ ਦੀ ਇਲੈਕਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਰ ਤੋਂ ਬਾਅਦ ਕਿ ਜਿਹੜੇ 5 ਸੂਬਿਆਂ ਦੀ ਚੋਣ ਆ ਰਹੀ ਹੈ ਉਹਦੇ ਵਿੱਚੋਂ ਖਾਸ ਤੌਰ ਤੇ ਉੱਤਰਾਖੰਡ ਯੂਪੀ ਤੇ ਪੰਜਾਬ ਇਧਰਲੇ ਪਾਸੇ ਨਜ਼ਰ ਆ ਤੇ ਹਮੇਸ਼ਾ ਇੱਕ ਰਵਾਇਤ ਰਹੀ ਹੈ ਕਿ ਜਿਨ੍ਹਾਂ ਸੂਬਿਆਂ ਦੇ ਵਿੱਚ ਚੋਣ ਹੁੰਦੀ ਹੈ ਕੇਂਦਰੀ ਮੰਤਰੀ ਮੰਡਲ 'ਚ ਉਹਨਾਂ ਨੂੰ ਥਾਂ ਮਿਲ ਜਾਂਦਾ ਹੁਣ ਆਪਣਾ ਦਲ ਦੀ ਅਨੁਪਰੀਆ ਪਟੇਲ ਹੈ ਬੀਜੇਪੀ ਦੇ ਨਾਲ ਥੋੜੀ ਜਿਹੀ ਵਟਖਟ ਚੱਲਦੀ ਸੀ ਪਹਿਲਾਂ ਸਾਂਝੀ ਇਲੈਕਸ਼ਨ ਲੜੀ ਸੀ ਉਹ ਬੀਬੀ ਨੂੰ ਵੀ ਕਹਿੰਦੇ ਆ ਕਿ ਮੰਤਰੀ ਬਣਾ ਦੇਣਾ ਉਧਰਲੇ ਪਾਸੇ ਪੰਜਾਬ ਵਾਲੇ ਸੂਬੇ ਚੋਂ ਇੱਕ ਗੱਲ ਚੱਲਦੀ ਆ ਕਿ ਹੋ ਸਕਦਾ ਹੈ ਕਿ ਸਿੱਖ ਭਾਈਚਾਰੇ ਦਾ ਇੱਕ ਨੁਮਾਇੰਦਾ ਚਾਹੇ ਉਹ ਐਮਪੀ ਨਾ ਵੀ ਹੋਵੇ ਉਹਨੂੰ ਭਾਰਤੀ ਜਨਤਾ ਪਾਰਟੀ ਮੰਤਰੀ ਮੰਡਲ ਦੇ ਵਿੱਚ ਲੈ ਸਕਦੀ ਹੈ ਇੱਕ ਬੰਦੇ ਨੂੰ ਪੰਜਾਬ ਦੇ ਨੂੰ ਤੇ ਉਹਨੂੰ ਹੋ ਸਕਦਾ ਕਿ ਰੈਂਕ ਵੀ ਕੈਬਨਿਟ ਦਾ ਦਿੱਤਾ ਜਾਵੇ ਜਾਂ ਕੈਬਨਿਟ ਡਿਨੈਕ ਦੀ ਜਗ੍ਹਾ ਦੇ ਉੱਤੇ ਸੁਤੰਤਰ ਮਹਿਕਮਾ ਕੋ ਦੇ ਦਿੱਤਾ ਜਾਵੇ ਕਿ ਭਾਈ ਕੰਮ ਕਰ ਤੂੰ ਹੀ ਕਰਨਾ ਰਹਿਣਾ ਮਿਨਿਸਟਰ ਆਫ ਸਟੇਟ ਹੈ ਜੇ ਪੰਜਾਬ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੇ ਕਿਸੇ ਲੀਡਰ ਨੂੰ ਕਿਉਂਕਿ ਵੈਸੇ ਪੰਜਾਬ ਉਹਨਾਂ ਦੀ ਬਹੁਤੀ ਗਿਣਤੀ 'ਚ ਨਹੀਂ ਹੈ ਉਹਨਾਂ ਦਾ ਸਾਰਾ ਜ਼ੋਰ ਯੂਪੀ ਦੇ ਉੱਤੇ ਲੱਗਿਆ ਪਰ ਪੰਜਾਬ ਨੂੰ ਉਹ ਖਾਲੀ ਵੀ ਨਹੀਂ ਛੱਡ ਸਕਦੇ ਕਿਉਂਕਿ ਉੱਪਰ ਆਪਾਂ ਨੂੰ ਪਤਾ ਹੈ ਕਿ ਜੰਮੂ ਅਤੇ ਕਸ਼ਮੀਰ ਹੈ ਪੰਜਾਬ ਦੀ ਚੋਣ ਜੰਮੂ ਕਸ਼ਮੀਰ ਦੀ ਚੋਣ ਤੋਂ ਪਹਿਲਾਂ ਆਉਣੀ ਹੈ ਪੰਜਾਬ ਦੀ ਚੋਣ ਦਾ ਨਤੀਜਾ ਜੰਮੂ ਕਸ਼ਮੀਰ ਦੇ ਲਈ ਵੀ ਬਹੁਤ ਇੰਪੋਰਟੈਂਟ ਹੋਣਾ ਇਸ ਕਰਕੇ ਕੋਈ ਬਹੁਤ ਵੱਡੀ ਪੰਜਾਬ ਦੇ ਲੋਕਾਂ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਪੰਜਾਬ ਦੇ ਵਿੱਚੋਂ ਕਿਸੇ ਇੱਕ ਸਿੱਖ ਚਿਹਰੇ ਨੂੰ ਵੈਸੇ ਤਾਂ ਪੁਰੀ ਸਾਭ ਹੈਗੇ ਨੇ ਅੰਮ੍ਰਿਤਸਰ ਉਹ ਇਲੈਕਸ਼ਨ ਲੜਾਈ ਹੋਆ ਪਰ ਹੋ ਸਕਦਾ ਹੈ ਕਿਸੇ ਇੱਕ ਸਿੱਖ ਚਿਹਰੇ ਨੂੰ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਥਾਂ ਮਿਲ ਜਾਏ ਉਹ ਥਾਂ ਫਿਰ ਮਿਸ਼ਨ ਪੰਜਾਬ ਦੇ ਤਹਿਤ ਮਿਲੂ। ਇਹ ਬਿਲਕੁਲ ਮਿਲ ਸਕਦੀ ਹੈ। ਸੋ ਜੇ ਇਦਾਂ ਹੋ ਜਾਂਦੀ ਹੈ ਕਹਾਣੀ ਤੇ ਫਿਰ ਆਪਾਂ ਇਹ ਮੰਨ ਕੇ ਚੱਲੀਏ ਕਿ ਵੀ ਬੀਜੇਪੀ ਨੂੰ ਇਹ ਲੱਗਦਾ ਵੀ ਜਿਹੜਾ ਰਸਤਾ ਆਮ ਤੌਰ ਤੇ ਇਧਰ ਦੀਆਂ ਪੋਲੀਟਿਕਲ ਪਾਰਟੀਆਂ ਨੂੰ ਜਾਂ ਆਮ ਲੋਕਾਂ ਨੂੰ ਜਾਂ ਪੱਤਰਕਾਰ ਭਾਈਚਾਰੇ ਨੂੰ ਨਜ਼ਰ ਆਉਂਦਾ ਉਹਦੇ ਤੋਂ ਬਿਨਾਂ ਬਿਨਾਂ ਜਿਹੜਾ ਪਿਛਲੇ ਪਾਸੇ ਹੁੰਦੀ ਕੱਚਾ ਪਾਇਆ ਸੀ ਉਧਰ ਦੀ ਜੀਟੀ ਰੋਡ ਅਗਲੇ ਬਣਾ ਲੈਣ। ਪਰ ਇਹ ਸਾਰੇ ਕੁਝ 'ਚ ਇੱਕ ਜਿਹੜੀ ਚੀਜ਼ ਹੈ ਪੰਜਾਬ ਜਿਹੜੀ ਕਰਕੇ ਜ਼ਿਆਦਾ ਚਰਚਾ 'ਚ ਉਹ ਖੇਤੀ ਅੰਦੋਲਨ ਦੀ ਤੁਸੀਂ ਗੱਲ ਕੀਤੀ ਹੁਣ 7 ਹੋ ਗਈ ਪੰਜਾਬ ਦੇ ਹਿਸਾਬ ਨਾਲ ਤੇ ਕੱਲ ਨੂੰ 8 ਹੈ। ਤੇ ਕੱਲ 8 ਅਰ ਤੋਂ 12 ਤੱਕ ਸ਼ੁਰੂ ਹੋਏਣਾ ਕੰਮ 10 ਤੋਂ 12 ਤੱਕ ਬਹੁਤ ਜ਼ਿਆਦਾ ਕੰਮ ਚੱਲਣਾ ਤੇ ਮਗਰਲੇ 8 ਮਿੰਟ ਹਾਰ ਨੂੰ ਹਾਰਨੀ ਇਹ ਕਿਸਾਨ ਮੋਰਚੇ ਨੇ ਆਪਣਾ ਨਵਾਂ ਉਦਦਮ ਕੀਤਾ ਹੈ ਤਕਿ ਕਿ ਭਾਈ ਸਾਰੇ ਦੇਸ਼ ਚ ਦੋ ਇੱਕ ਘੰਟੇ ਬਿਨਾ ਸੜਕਾਂ ਰੋਕਿਆਂ ਸਕੂਟਰ ਗੈਸ ਸਿਲੰਡਰ ਕਹਿੰਦੇ ਸਾਈਡਾਂ ਤੇ ਖੜੇ ਕਰ ਦੇਣੇ ਆ ਸਾਰੇ ਆਓ ਇਹਦੇ ਤੋਂ ਉਹਨਾਂ ਨੂੰ ਆਸ ਵੜੀ ਹੈ ਆਸ ਇਸ ਕਰਕੇ ਇੱਕ ਤਾਂ ਬਹੁਤ ਲੰਮਾ ਪ੍ਰੋਗਰਾਮ ਨਹੀਂ ਦੂਸਰਾ ਸਿਰਫ ਦੋ ਘੰਟੇ ਦਾ ਤੀਸਰਾ ਸੜਕ ਦੇ ਕਿਨਾਰੇ ਤੇ ਰਹਿਣਾ ਪਰਚੇ-ਪੁਰਚੇ ਹੋਣ ਦੀ ਕੋਈ ਆਸ ਨਹੀਂ ਚੌਥੀ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਗੈਰ ਕਿਸਾਨੀ ਧਿਰਾਂ ਦੀ ਸ਼ਮੂਲੀਅਤ ਦੇ ਅਸਾਰ ਨਹੀਂ ਹੁਣ ਤੱਕ ਦੇਖੋ ਸਿਲੰਡਰ ਦੀ ਕੀਮਤ ਤਾਂ ਸਾਰਿਆਂ ਨੂੰ ਪਤਾ ਵੱਧਦੀ ਹੈ ਤੇਲ ਦੀ ਕੀਮਤ ਤਾਂ ਅਸਮਾਨੇ ਚੜੀ ਹੈ ਭਾਰਤ ਦੀ ਕੋਈ ਵੀ ਭਾਜਪਾ ਵਿਰੋਧੀ ਸਿਆਸੀ ਧਿਰ ਦੇਸ਼ ਪਧਰੀ ਕੋ ਪ੍ਰੋਗਰਾਮ ਨਹੀਂ ਦੇ ਸਕੀ ਕਾਂਗਰਸ ਕਹੂਗੀ ਕਿ ਅਸੀਂ ਬਹੁਤ ਵੱਡੇ ਹੰ ਬੀਬੀ ਮਮਤਾ ਬੇਨਰਜੀ ਕਹਿ ਸਕਦੀ ਹੈ ਕਿ ਅਸੀਂ ਸਾਰੇ ਦੇਸ਼ ਚ ਲੰਬਧ ਦੀ ਕਰ ਰਹੇ ਹਾਂ ਪਰ ਇੱਕ ਵੀ ਧਿਰ ਨੇ ਦੇਸ਼ ਵਿਆਪੀ ਪਾਲ ਨਹੀਂ ਦਿੱਤੀ ਕਾਲ ਕਿਹਨੇ ਦਿੱਤੀ ਹੈ ਕਿਸਾਨ ਮੋਰਚੇ ਨੇ ਤੇ ਜਦੋਂ ਕਿਸਾਨ ਮੁਰਚੇ ਨੇ ਕਾਲ ਦਿੱਤੀ ਆ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਿਲੰਡਰਾਂ ਨੂੰ 5-5 ਮਹੀਨੇ ਹੋ ਗਿਆ ਭਰਉਣ ਯੋਗੇ ਪੈਸੇ ਨਹੀਂ ਹੂੰ ਹੋ ਸਕਦਾ ਉਹ ਕਹਣ ਕਿ ਭਾਈ ਹੋਰ ਆਪਾਂ ਸਿਲੰਡਰ ਰਗੜ ਕੇ ਓਡੇ ਲੈ ਆਉਣਾ ਸੜਕ ਨਾਲੇ ਰੱਖ ਲਓ ਆਹੋ ਉੱਥੇ ਜਾ ਕੇ 2 ਘੰਟੇ ਬਹਿ ਲਓ ਜਿਹੜਾ ਬੰਦਾ ਇਹ ਕਹਿੰਦਾ ਕਿ ਭਾਈ ਛੱਡੋ ਪਰਾਂ ਸਕੂਟਰ ਦੇ ਉੱਤੇ ਕੀ ਜਾਣਾ ਸਾਈਕਲ ਨੂੰ ਲੱਤ ਮਾਰਦੇ ਆ ਔਖਾ ਹੋ ਗਿਆ ਤੇਲ ਕਿੱਥੇ ਪੈਂਦਾ ਨਿਆਣਿਆਂ ਨੂੰ ਕੁੱਟੀ ਜਾਣਾ ਕਈਆਂ ਨੇ ਉਹ ਤੂੰ ਸਕੂਟਰ ਲੈ ਗਿਆ ਉੱਥੇ ਮੈਂ ਕੰਮ ਤੇ ਜਾਣਾ ਤੇਲ ਵਿੱਚ ਛੱਡਿਆ ਭੂਰਾ ਨਹੀਂ ਸੁੱਕਾ ਪਿਆ ਹੁਣ ਉਹਨਾਂ ਦੇ ਲਈ ਵੀ ਹੋਣਾ ਪੋਰਨੀ ਕੋਸ਼ਤਾ ਨਿਆਣੋ ਲਾਉ ਤੱਕਾ ਫੇ ਸੜਕ ਨਾਰੇ ਖੜਾ ਕਰਕੇ 2 ਘੰਟੇ ਉੱਥੇ ਜਾ ਕੇ ਆਈਏ ਨਾਲੇ ਵੱਡੀ ਗੱਲ ਇਹਦੀ ਦੇਖੋ ਇਹ ਕੁੰਡੀ ਵੀ ਪਹਿਲਾਂ ਹੁੰਦਾ ਫਲਾਨੀ ਥਾਂ ਤੇ ਪਹੁੰਚੋ ਜੀ ਫਲਾਨੀ ਥਾਂ ਤੇ ਪਹੁੰਚ ਵਾਲੀ ਗੱਲ ਹੀ ਨਹੀਂ ਤੁਸੀਂ ਮੇਨ ਸੜਕ ਜਿਹੜੀ ਵੀ ਲਾਗੇ ਆ ਉੱਥੇ ਆਣਾ ਹੈ ਨਾ ਉਹ ਮੰਨ ਲਓ 2-4 ਮਹੱਲੇ ਆ 2-4 ਮਹੱਲਿਆਂ ਦੇ ਵਿੱਚੋਂ ਬੰਦੇ ਇਕੱਠੇ ਹੋਏ ਤੇ ਉਹਨਾਂ ਨੇ ਸੜਕ ਤੇ ਹੀ ਜਾਣਾ ਉਹ ਕਹਿੰਦਾ ਵੈਸੇ ਵੀ ਤੇ ਸਬਜ਼ੀ ਲੈਣ ਜਾਣਾ ਸੀ ਤਾਂ 2 ਘੰਟੇ ਖਲੋਗੇ ਚੱਲ ਚੱਲਾਂਗੇ ਮੈਂ ਗੱਲਬਾਤ ਤਾਂ ਕਰਨੀ ਹੁੰਦੀ ਆ ਨਾਲੇ ਉੱਥੇ ਖਲੋਤਿਆਂ ਨਾਲੇ ਗੱਲਾਂ ਗੁਲਾਂ ਕੀ ਕੀ ਕਰੀਆਂ ਤੇ ਨਾਲੇ ਫਿਰ ਆਪ ਉਪਦੇਸ਼ ਤੋਂ ਆਈਡੀਆ ਲਿਆ ਕਿਉਂਕਿ ਵਿਦੇਸ਼ਾਂ ਦੇ ਵਿੱਚ ਵੈਸੇ ਹਾਰਨ ਦੀ ਮਨਾਹੀ ਹੈ ਬਹੁਤ ਕਿਤੇ ਐਮਰਜੈਂਸੀ ਹੋਵੇ ਤਾਂ ਹਾਰਨ ਵੱਜਦਾ ਪਰ ਜੇ ਕਿਸੇ ਦੇ ਪੱਖ ਦੇ ਵਿੱਚ ਖੜਨਾ ਹੋਵੇ ਕਿ ਭਾਈ ਤੁਸੀਂ ਠੀਕ ਪ੍ਰੋਟੈਸਟ ਕਰ ਰਹੇ ਹੋ ਤਾਂ ਬੰਦੇ ਹਾਰਨ ਮਾਰਦੇ ਆ ਫਿਰ ਜਿਹੜੇ ਵਹੀਕਲ ਜਾਂਦੇ ਆ ਹੁਣ ਉੱਥੇ ਹੋ ਸਕਦਾ ਕਿ ਕਈ ਬੰਦੇ ਇਦਾਂ ਦਾ ਕੰਮ ਕਰਦੇ ਆ ਕਿ ਰੁਕ ਨਹੀਂ ਸਕਦੇ ਹਾਰਨ ਮਾਰ ਦੇਣਗੇ ਤੇ ਜੇ ਹਾਰਨ ਮਾਰ ਦੇਣਗੇ ਤਾਂ ਠੀਕ ਹੈ ਵੈਸੇ ਜੇ ਨਾ ਸਕੂਟਰ ਚ ਤੇਲ ਨਹੀਂ ਉਹਨਾਂ ਨੂੰ ਹੋਰ ਸੁਣਨਾ ਹੀ ਪਊਗਾ ਇਹਦੇ ਨਾਲ ਨਾਲ ਜਗेंद्र यादव ਹਰੀ ਵਿੱਚ ਕਹਿੰਦੇ ਆ ਨਾ ਉਹ ਕਹਿੰਦੇ ਵੀ ਦੇਖੋ ਇੱਕ ਕੰਮ ਸਾਰਾ ਹੋ ਗਿਆ ਜੀ ਖੇਤੀ ਅੰਦੋਲਨ ਦੀ ਨਾਲ ਇਹ ਫਸ ਪਿਆ ਵੀ ਜਿਹੜੇ ਇਹ ਕਾਨੂੰਨ ਆ ਖੇਤੀ ਵਾਲੇ ਇਹ ਨਾ ਤਾਂ ਹੋਣ ਵਾਲੀ ਸਰਕਾਰ ਲਾਗੂ ਕਰ ਸਕਦੀ ਤੇ ਨਾ ਗਾਂਹ ਕਿਸ ਦੀ ਹਿੰਮਤ ਆ ਬਸ ਇਹਦਾ ਡੈਥ ਵਾਰੰਟ ਆ ਤੇ ਉਹਦੇ ਤੇ ਆਪਾਂ ਦਸਤਖਤ ਕਰਾਉਣੇ ਸਰਕਾਰ ਅੱਜ ਕਰ ਦੇਵੇ ਤੇ ਕੱਲ ਨੂੰ ਕਰ ਦੇਵੇ ਸੰਧਾਲੀਆ ਸਭ ਦੇਖੋ ਯੋਗਿੰਦਰ ਯਾਦਵ ਹੋਰੀ Rajasthan Haryana UP ਚ ਸਾਰੇ ਪਾਸੇ ਸਰਗਰਮ ਨੇ ਹੁਣ ਉਹਨਾਂ ਦਾ ਦਾਵਾ ਕਈ ਵਾਰੀ ਟੈਂਟਾਂ ਦੇ ਉੱਤੋਂ ਪੱਲੀਆਂ-ਪੁੱਲੀਆਂ ਉੜੀਆਂ, ਤਰਪਾਲਾਂ ਉੜੀਆਂ ਦੁਬਾਰਾ ਪੈ ਜਾਂਦੀਆਂ। ਉਹ ਕਹਿੰਦੇ ਕੰਮ ਹੋ ਗਿਆ ਈ। ਸਰਕਾਰ ਬੱਸ ਹੁਣ ਕੰਬ ਦੇ ਹੱਥਾਂ ਦੇ ਨਾਲ ਕਰਨਾ ਚਾਹੁੰਦੀ ਆ ਪਰ ਇਹ ਨਹੀਂ ਸਮਝ ਆਉਂਦੀ ਕਰੀਏ ਕਿੱਦਾਂ। ਦੂਜੇ ਪਾਸੇ ਜੁਗਿੰਦਰ ਸਿੰਘ ਗਰਾਹਾ ਨੇ ਉਹਦੇ ਤੋਂ ਵੀ ਗਾਂਹ ਗੱਲ ਕਰਤੀ। ਹੂੰ। ਉਹ ਗਰਾਹ ਸਾਹਿਬ ਕਹਿੰਦੇ ਜੀ ਦੇਖੋ ਕਹਿੰਦੇ ਉਹਨੂੰ ਕਾਨੂੰਨ ਰੱਦ ਕਰਾਉਣ ਦਾ ਮਸਲਾ ਹੀ ਨਹੀਂ ਰਿਹਾ। ਅਸੀਂ ਤਾਂ ਹੁਣ ਉਹਨਾਂ ਨੂੰ ਲੋਕਾਂ ਦੀ ਕਚਹਿਰੀ 'ਚ ਰੱਦ ਕਰਾਉਣਾ ਜਿਨ੍ਹਾਂ ਨੇ ਕਾਨੂੰਨ ਬਣਾਏ। ਹਾਂ। ਤੁਸੀਂ ਜਿਨ੍ਹਾਂ ਨੇ ਕਾਨੂੰਨ ਬਣਾਏ ਨੇ ਉਹਨਾਂ ਨੂੰ ਰੱਦ ਕਰਾਉਣਾ। ਡਾਕਟਰ ਦਰਸ਼ਨਪਾਲ ਨੂੰ ਰਣੂ ਪੁੱਛ ਪਰ ਯੂਪੀ ਦੀ ਇਲੈਕਸ਼ਨ ਸਾਡੇ ਲਈ ਇੰਪੋਰਟੈਂਟ ਹੈ ਕਿਉਂਕਿ ਯੂਪੀ ਦੀ ਚੋਣ ਦੇ ਵਿੱਚੋਂ ਦੇਸ਼ ਦੀ ਚੋਣ ਜਿਹੜੀ ਆ ਤੁਰਨੀ ਹੈ ਕਿ ਦੇਸ਼ ਦੇ ਉੱਤੇ ਸਿਆਸਤ ਦੇ ਉੱਤੇ ਅਸਰ ਪੈਣਾ ਤੇ ਪਾਰਲੀਮੈਂਟ ਦੇ ਵਿੱਚੋਂ ਕੰਮ ਚੱਲਦਾ ਹੁੰਦਾ ਯੂਪੀ ਚ ਸਭ ਤੋਂ ਵੱਧ ਸੀਟਾਂ ਨੇ ਅਸੀਂ ਤਾਂ ਯੂਪੀ ਵਾਲੇ ਪਾਸੇ ਨੂੰ ਤੁਰਨ ਲੱਗੇ ਆ ਪੰਜਾਬ ਦੇ ਵਿੱਚ ਵੀ ਡਿਊਟੀ ਕਿਹੜਾ ਕੇ ਦੀ ਲਾਵਾਂਗੇ ਜੇ ਲਗਣੀ ਹੈ ਡਿਊਟੀ ਤੇ ਜੇ ਸਾਰਾ ਕੁਝ ਏਦਾਂ ਹੁੰਦਾ ਤੇ ਫਿਰ ਆਪਾਂ ਇਹ ਮੰਨ ਕੇ ਚੱਲੀਏ ਕਿ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਹੋਰ ਤੰਗ ਹੋਊਗਾ ਨਾਲ ਰਾਜਾਣ ਸਾਹਿਬ ਨੇ ਤੇ ਵੀ ਕਿਹਾ ਨਾ ਉਹ ਕਹਿੰਦੇ ਵੀ ਜੇ ਜੇਲ੍ਹ ਜੂਲ ਭਰਨ ਵਾਲਾ ਕੰਮ ਕਰਨਾ ਪਿਆ ਉਹ ਵੀ ਅੰਦੋਲਨ ਚਲਾਉਣਾ ਪਿਆ ਤੇ ਚਲਾ ਦਿਆਂ ਕੋਈ ਗੱਲ ਨਹੀਂ ਉਹ ਦੇਖੋ ਹੁਣ ਤਾਂ ਕੰਮ ਹੀ ਬੜਾ ਸਿੱਧਾ ਅੱਗੇ ਹੁੰਦਾ ਸੀ ਕਿ ਭਾਈ ਕਿਤੇ ਧਰਨਾ ਦੇਣ ਜਾਣਾ ਉੱਥੋਂ ਫੇ ਕਿਤੇ ਜੇਲ੍ਹ ਨਾ ਭੇਜ ਦੇਣ ਹੁਣ ਤਾਂ ਨੌ ਨੌ ਮਹੀਨੇ ਹੋ ਗਿਆ ਬੈਠਿਆਂ ਨੂੰ ਆਹੋ ਝੋਲਾ ਕੋਲੀ ਹੈ ਗਰਮੀਆਂ ਹੈਗੀਆਂ ਇੱਕ ਕੁੜਤਾ ਪਜਾਮਾ ਹੋਰ ਚਾਹੀਦਾ ਤੇ ਨਾਲ ਤੇ ਇੱਕ ਅਧੀ ਕਿਤਾਬ ਚਾਹੀਦੀ ਆ ਨਾਲ ਪੜਨ ਨੂੰ ਕਿ ਪਾਈ ਉਥੇ ਪੜਾਂਗੇ ਹੁਣ ਜਿਹੜੇ ਬੰਦੇ ਟਰਾਲੀਆਂ ਚ ਬੈਠੇ ਇੱਕ ਗੱਲ ਤਾਂ ਪੱਕੀ ਆ ਟਰਾਲੀਆਂ ਦੇ ਉੱਤੇ ਹੈਗੀ ਤਰਪਾਲ ਤਰਪਾਲ ਦੇ ਵਿੱਚ ਦੀ ਪੈਂਦਾ ਸੂਰਜ ਸਿੱਧਾ ਗਰਮ ਉਹ ਕਹਿੰਦੇ ਹੋਣੇ ਚਲੋ ਕੋਈ ਗੱਲ ਨਹੀਂ ਪਾਈ ਉਥੇ ਲੰਗਰ ਪ੍ਰਸ਼ਾਦਾ ਪੱਕਿਆ ਮਿਲਣਾ ਸਾਰੇ ਜਣੇ ਇਕੱਠੇ ਰਵਾਂਗੇ ਪੱਖਾ ਲੱਗਿਆ ਮਿਲਣਾ ਬਤੀ ਸਰਕਾਰ ਦੀ ਐ ਇੱਥੇ ਤੇ ਮਾੜੀ ਮੁੱਟੀ ਗੁੰਡੀ ਵੀ ਖਿੱਚ ਕੇ ਲਾਈਏ ਤਾਂ ਪਰਚਾ ਕਰ ਦਿੰਦੇ ਆ ਆ ਤਾਸ਼ ਪਾ ਲਈ ਜੇਬ ਚ কুরਤਾ ਪਜਾਮਾ ਆਪਣੇ ਇਹੋ ਚੱਲ ਜਾਣਾ ਜੇ ਤੇ ਲੈ ਗਏ ਉਸ ਦਿਨ ਬਾਸੇ ਤੇ ਫੇ ਚੜ ਜਾ ਹੀ ਟਾਈਮ ਨਾ ਮੇਰੇ ਨਾਲ ਹੋ ਸਕਦਾ ਕਿਸਾਨਾਂ ਦਾ ਤਾਂ ਹੁਣ ਮਸਲਾ ਵੀ ਇੱਥੇ ਆ ਗਿਆ ਉਹਨਾਂ ਨੂੰ ਜੇ ਕੋ ਮਿਲਣ ਵੀ ਜਾਊਗਾ ਨਾ ਮੰਨ ਲਓ ਕਿ ਜਿਹੜਾ ਪਾਰਲੀਮੈਂਟ ਦੇ ਸੈਸ਼ਨ ਚ 2-200 ਕਿਸਾਨ ਰੋਜ ਜਾਣੇ ਆ ਚੱਕ ਕੇ ਅੰਦਰ ਵੀ ਦੇ ਦਿੰਦੇ ਆ ਹੂੰ ਮੁਲਾਕਾਤ ਕਰਨ ਉਹ ਥੋੜੀ ਘਰੇ ਠੀਕ ਆ ਉਹ ਜਿਹੜੇ ਬੂਟੇ ਲਾਇਏ ਸੀ ਟਰਾਲੀ ਦੇ ਕੋਲੇ ਠੀਕ ਆ ਉਹਦਾ ਦਾਇਰਾ ਜਿਹੜਾ ਠੀਕ ਕਰਦੀ ਦੌਰਾ ਕਹਿੰਦੇ ਹੁੰਦੇ ਕਈ ਦੌਰਾ ਬਣਾ ਦੀ ਜਰਾ ਚੰਗੇ ਤਰੀਕੇ ਦੇ ਪਾਣੀ ਪਾਈ ਜਾਇਓ ਦੇਖੀਦਾ ਹੁੰਦਾ ਹੀ ਆ ਨਹੀਂ ਇਹ ਕੰਮ ਹੁਣ ਚੱਲਣਾ ਬਾਕੀ ਚਲੋ ਇਹ ਹੁਣ ਇਹ ਇੱਕ ਆਉਣ ਵਾਲੇ 2-4 ਦਿਨਾਂ ਦੇ ਵਿੱਚ ਇਵਨ 2-4 ਦਿਨਾਂ ਤੋਂ ਤਾਂ ਜੇ ਸ਼ੁਰੂਆਤ ਹੋਣੀ ਹੈ ਕੰਮ ਤਾਂ 19 ਤੱਕ ਚੱਲਣਾ ਜਦੋਂ ਬਈ ਪਾਰਲੀਮੈਂਟ ਦੇ ਆਉ ਸੈਸ਼ਨ ਚੱਲਣਾ ਪਰ ਇਹ ਸਾਰੇ ਕੁਝ ਜਿਹੜਾ ਪੰਜਾਬ 'ਚ ਇਹ ਕੰਮ ਚੱਲੀ ਜਾਂਦਾ ਵੀ ਹੁਣ ਆਪਾਂ ਰੋਜ਼ ਵੇਖਦੇ ਆ ਕਦੀ ਕਿਤੇ ਪ੍ਰਦਰਸ਼ਨ ਕਦੀ ਕਿਤੇ ਹੜਤਾਲ ਕਦੀ ਕਿਤੇ ਜਾ ਕੇ ਫੇਰ ਉਹ ਕੰਮ ਸ਼ੁਰੂ ਹੋ ਗਿਆ ਪਹਿਲਾਂ ਤਾਂ ਦੰਦੇ ਨੇ ਕੋਈ ਨਹੀਂ ਕਰਦੇ ਆ ਪਰ ਹੁਣ ਫੇਰ ਕੁਟਕਟਈਆ ਚੱਲ ਪਿਆ ਕੱਲ ਚੰਡੀਗੜ੍ਹ ਫੇਰ ਹੋਇਆ ਸੰਧਾਲੀਆ ਸਭ ਉਹਦੇ ਵਿੱਚ ਨਾ ਦੇਖੋ ਉਹ ਲੋਕ ਨੇ ਏ ਜਿਨ੍ਹਾਂ ਨੂੰ 18-18 ਸਾਲ ਪੜਾਉਂਦਿਆਂ ਨੂੰ ਹੋ ਗਿਆ ਉਹਨਾਂ ਨੇ ਚਾਰ ਗੱਲਾਂ ਕਹੀਆਂ ਉਹ ਕਹਿੰਦੇ ਪਹਿਲੀ ਗੱਲ ਆ ਕਿ ਸਾਨੂੰ 5000 8000 ਤਨਖਾਹ ਦਿੰਨੇ ਉਹ ਘਟੁਕੜ ਗੁਜ਼ਾਰੇ ਯੋਗੀ ਦੇ ਦਿਓ ਦੂਸਰੀ ਗੱਲ ਉਹ ਕਹਿੰਦੇ ਜੇ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਤਨਖਾਹ ਨਹੀਂ ਦੇਣੀ ਇਹ ਕਾਬਿਲ ਨਹੀਂ ਫਿਰ ਕਹਿੰਦੇ 18-18 ਸਾਲ ਪੜਾਉਣ ਕਿਉਂ ਲਾ ਰੱਖਿਆ ਨਿਆਣੇ ਦੇ ਭੁੱਖ ਕਿਉਂ ਖਰਾਬ ਕੀਤਾ ਤੀਸਰੀ ਗੱਲ ਉਹ ਕਹਿੰਦੇ ਕਿ ਚੌਥੀ ਗੱਲ ਉਹ ਕਹਿੰਦੇ 6000 ਰੁਪਇਆ ਦਿੰਨੇ ਹੋ 3000 ਤਾਂ ਆਉਣ ਜਾਣ ਦਾ ਤੇਰੀ ਲੱਗ ਜਾਂਦਾ ਪੜਾਉਣ ਨੂੰ 3 ਬਚਦਾ ਹੀ ਯਾਨੀ ਕੁਛ ਤਾਂ ਦੱਸੋ ਵੀ ਸਾਡਾ ਕਸੂਰ ਕੀ ਐ ਜਿੱਦਾਂ ਉਹਨਾਂ ਦੇ लाठी ਫੇਰੀ ਗਈ ਐ ਜਿਸ ਤਰੀਕੇ ਅਥਰੂ ਗੈਸ ਦੇ ਗੋਲੇ ਸੱਟੇ ਗਏ ਆ ਸੰਧਾ ਵਾਲਿਆ ਸਭ ਇੱਕ ਪਾਸੇ ਤਾਂ ਸਰਕਾਰ ਦਾ ਜਿਹੜਾ ਸਿੱਖਿਆ ਵਿਭਾਗ ਐ ਉਹ ਇਹ ਦਾਅਵੇ ਕਰਦਾ ਕਿ ਅਸੀਂ ਇਸ ਦੇਸ਼ ਦੇ ਵਿੱਚ ਬਹੁਤ ਉੱਪਰ ਚਲੇ ਗਏ ਦਾਵਾ ਕੀਤਾ ਸੀ ਪਿਛਲੇ ਦਿਨੀ ਮੰਤਰੀਆਂ ਨੇ ਥੋੜੋ ਪੜਾਇਆ ਸਕੱਤਰ ਸਾਹਿਬ ਨੇ ਥੋੜੋ ਪੜਾਇਆ ਅਧਿਆਪਕਾਂ ਨੇ ਪੜਾਇਆ ਤਾਂ ਤੁਹਾਡੇ ਰਿਜ਼ਲਟ ਚੰਗੇ ਆ ਜੇ ਤੁਹਾਡੀ ਗੱਲ ਮੰਨ ਵੀ ਲਈਏ ਉਹਨਾਂ ਦੇ ਅਧਿਆਪਕਾਂ ਨੂੰ ਰੁਪਈਆ 6000 ਦਿਓ 10000 ਦਿਓ ਉਹ ਇਹ ਨਹੀਂ ਕਿ ਚੰਡੀਗੜ੍ਹ ਚਲੇ ਗਿਆ ਸਿੱਧੇ ਜਾ ਕੇ ਤਾਂ ਉਹਨਾਂ ਰਿਜ਼ਲਟ ਸੜਕ ਰੋਕਤੀ ਤੇ ਕੁੱਟਣੇ ਪੈਣਾ ਮੀਟਿੰਗ ਰੱਖੀ ਸੀ ਉਹਨਾਂ ਦੀ ਕਈ ਦਿਨ ਪਹਿਲਾਂ ਦੀ ਮੀਟਿੰਗ ਦਾ ਸਮਾਂ ਦਿੱਤਾ ਸੀ 11 ਵਜੇ ਉਹ ਉੱਥੇ ਪਹੁੰਚ ਗਿਆ ਇਕੱਠੇ ਹੋ ਗਏ ਤੇ 10 ਵਜੇ ਕਹਿੰਦੇ ਮੀਟਿੰਗ ਫਿਰ ਕੱਲ ਕਰ ਲੀਨੇ ਆ ਅੱਜ ਵੇਲ ਨਹੀਂ ਹੈ ਅੱਜ ਕਹਿੰਦੇ ਥੋੜੀ ਜੀ ਗਰਮੀ ਹੰਮਸ ਹੈ ਥੋੜੀ ਕੱਲ ਕਰ ਲੀਨੇ ਆ ਗੁਸਾ ਦਾ ਆਉਣਾ ਹੀ ਹੈ ਕੋਈ ਗਰਦਾਸਪੁਰੋਂ ਗਿਆ ਹੋ ਕੋਈ ਫਿਰੋਜ਼ਪੁਰੋਂ ਗਿਆ ਹੋ ਜੇ ਇਸ ਸੂਬੇ 'ਚ ਸਰਕਾਰੇ ਦਾਵਾ ਵੀ ਕਰੇ ਕਿ ਸਾਡਾ ਸਿੱਖਿਆ ਦਾ ਪੱਧਰ ਬਹੁਤ ਉੱਚਾ ਤੇ ਅੱਚਿਆਂ ਨੂੰ ਪੜ੍ਹਾਉਣ ਵਾਲਿਆਂ ਨੂੰ ਰੁਪਈਆ 6000 ਦੇਵੇ ਤੇ ਆਪ 6-6000 ਰੁਪਈਆ ਟੈਲੀਫੋਨ ਦਾ ਪੱਤਾ ਰਹਿਣ ਗਲਤ ਤਾਂ ਸੰਧਾ ਆਈਏ ਸਭ ਸ਼ਰਮਾੜੀ ਐ ਜਿਆਦਾ ਨਹੀਂਗਾ ਪਤਾ 6000 ਤਾਂ ਬਹੁਤ ਥੋੜਾ ਯਾਰ ਨਹੀਂ ਮੈਂ ਦੱਸਿਆ ਇਹ ਮਨੋਜੀ ਤਾਂ ਵੇ ਕਾਲਾ ਕੂਲਣਾ ਫਰੀ ਐ ਯਾਰ ਜਿਆਦਾ ਨਹੀਂ ਮੈਨੂੰ ਤਾਂ ਇਹ ਕਿ ਤੁਹਾਨੂੰ ਪਤਾ ਹੋਣਾ ਮਰਜ ਉਹ ਚਲੋ ਜ ਆ ਫੇਰ ਤੇ ਮੇਰੇ ਦੁਆਰੇ ਵੇ ਚਲੀ ਜਾਣਾ ਚਲੋ ਬਹੁਤ ਸ਼ੁਕਰੀਆ ਮਿਹਰਬਾਨੀ ਲਓ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਆ ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਪੇਜਦੇ ਰਿਹਾ ਕਰੋ ਸਾਡੀ ਕੋਸ਼ਿਸ਼ ਇਹ ਹੁੰਦੀ ਐ ਕਿ ਵੀ ਜੋ ਕੁਝ ਐ ਇਸ ਵਕਤ ਇਧਰ ਉਧਰ ਵਾਪਰ ਰਿਹਾ ਬੜੇ ਦੇਸੀ ਆਮ ਸਾਦੇ ਢੰਗ ਤਰੀਕੇ ਨਾਲ ਤੁਹਾਡੀ ਝੋਲੀ ਪਾ ਦਈਏ ਜੇ ਤੁਸੀਂ ਸਮਝਦੇ ਹੋ ਤੁਹਾਨੂੰ ਚੰਗਾ ਲੱਗ ਉਦੋਂ ਨਾਲ ਥੋੜਾ ਜਿਹਾ ਹੌਸਲਾ ਮਿਲਦਾ ਕਿ ਤੁਸੀਂ ਸੁਣਦੇ ਹੋ ਗੱਲ ਪਹੁੰਚਦੀ ਆ ਫਿਲਹਾਲ ਦਿਓ ਇਜਾਜ਼ਤ ਦੇਖਦੇ ਰਹਿਣਾ ਪ੍ਰਾਈਮੇਰੀ ਸ਼ਾਹ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ